ਚੰਦਨ ਅਨਕਬਾਰ ਸਰਬ ਕਲਾ ਸਮਰੱਥ ਹੱਥ ਜੋੜੋ ਸਾਰੇ ਸਿਰ ਨਵਾਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਹਾਜ਼ਰ ਹੋ ਕੇ ਆਪਣੇ ਸਰੀਰ ਰੂਪੇ ਕੋਠੇ ਦੇ ਵਿੱਚ ਬਹਿ ਕੇ ਗੁਰੂ ਅੱਗੇ ਤਰਲਾ ਪਾਓ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਤਰਲਾ ਪਾਓ ਜਿਤਨਾ ਤਰਲਾ ਪਾਈ ਦਾ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਸਾਹਿਬ ਜੀ ਤੁਹਾਡਾ ਬਖਸ਼ਿਆ ਹੋਇਆ ਉਦਮ ਮੈਨੂੰ ਅੰਮ੍ਰਿਤ ਵੇਲੇ ਉਠਾਉਂਦਾ ਹੈ। ਮੈਂ ਅੰਮ੍ਰਿਤ ਵੇਲੇ ਉੱਠ ਵੀ ਖਲੋਨਾ ਆਖੋ ਵਾਹਿਗੁਰੂ ਤੁਹਾਡਾ ਬਖਸ਼ਿਆ ਹੋਇਆ ਉਦਮ ਮੈਨੂੰ ਕੇਸੀ ਇਸ਼ਨਾਨ ਵੀ ਕਰਵਾ ਦਿੰਦਾ ਹੈ। ਤੁਹਾਡਾ ਬਖਸ਼ਿਆ ਹੋਇਆ ਉਦਮ ਗਰੀਬ ਨਵਾਜ ਤੁਹਾਡੇ ਬਖਸ਼ੇ ਹੋਏ ਨਾਮ ਨਾਲ ਤੁਹਾਡੇ ਬਖਸ਼ੇ ਹੋਏ ਉਦਮ ਨਾਲ ਮੈਂ ਨਾਮ ਵੀ ਜਪਦਾ ਮਗਰ ਜਦੋਂ ਮੈਂ ਆਪਣੇ ਭਾਂਡੇ ਨੂੰ ਵੇਹਨਾ ਆਖੋ ਵਾਹਿਗੁਰੂ ਜਦੋਂ ਮੈਂ ਆਪਣੇ ਭਾਂਡੇ ਨੂੰ ਵੇਹਨਾ ਜਦੋਂ ਮੈਂ ਭਾਂਡੇ ਵੱਲ ਵੇਹਨਾ ਅਤੇ ਭਾਂਡੇ ਦੇ ਵਿੱਚ ਕੁਛ ਨਹੀਂ ਪਕੜ ਰਹੇ ਹੋ
ਤੁਹਾਡੇ ਬਖਸ਼ੇ ਉਦਮ ਨਾਲ ਮੈਂ ਅੰਮ੍ਰਿਤ ਵੇਲੇ ਉੱਠ ਵੀ ਪੈਂਦਾ, ਤੁਹਾਡੇ ਬਖਸ਼ੇ ਉਦਮ ਨਾਲ ਮੈਂ ਇਸ਼ਨਾਨ ਵੀ ਕਰ ਲੈਂਦਾ, ਫਿਰ ਮੈਂ ਘੰਟਾ ਅੱਧਾ ਘੰਟਾ ਦੋ ਘੰਟੇ ਨਾਮ ਵੀ ਜਪ ਲੈਂਦਾ। ਮਗਰ ਜਦੋਂ ਮੈਂ ਭਾਂਡਾ ਵਹਿਣਾ ਅਤੇ ਭਾਂਡੇ ਦੇ ਵਿੱਚ ਕੁਛ ਨਹੀਂ, ਅੱਖ ਵਾਹਿਗੁਰੂ ਕਰ ਮੈਂ ਕਰ ਮੈਂ ਕਰ ਹੱਥ ਮੇਰੇ ਹੱਥ, ਮੈਂ ਤੇਰੇ ਅੱਗੇ ਅੱਡੇ ਅਤੇ ਤੂੰ ਮੇਰੇ ਹੱਥਾਂ ਵਿੱਚ ਬੁੱਕ ਵਿੱਚ ਅੰਮ੍ਰਿਤ ਪਾਇਆ। ਮੈਨੂੰ ਪਤਾ ਨਹੀਂ ਲੱਗਾ ਤੂੰ ਤਾਂ ਅੰਮ੍ਰਿਤ ਪਾਇਆ, ਮੇਰੇ ਹੱਥ ਕਿਸਰ ਗਏ। ਪਤਾ ਲੱਗ ਰਿਹਾ ਜੀ ਆ ਸਿੰਘ ਨੂੰ ਪਤਾ ਲੱਗ ਰਿਹਾ ਮੈਂ ਕੀ ਕਿਹਾ, ਮੇਰੇ ਹੱਥ ਖਿਸਰ ਗਏ, ਸੁਰਤ ਖਿੰਡ ਗਈ। ਤੁਸੀਂ ਪਾਇਆ ਅੰਮ੍ਰਿਤ ਮੇਰੇ, ਤੁਸੀਂ ਮੇਰੀ ਜੋਦਲੀ ਸੁਣੀ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ, ਤੁਸੀਂ ਮੇਰੀ ਬੇਨਤੀ ਸੁਣੀ, ਤੁਸੀਂ ਤਾਰਾ ਬੰਨ ਕੇ ਮੇਰੇ ਬੁੱਕਾਂ ਵਿੱਚ ਅੰਮ੍ਰਿਤ ਪਾਇਆ। ਮੈਨੂੰ ਪਤਾ ਨਹੀਂ ਨਾਮ ਜਪਦਿਆਂ ਜਪਦਿਆਂ ਮੇਰੀ ਸੁਰਤ ਕਦੋਂ ਖਿੰਡ ਗਈ। ਭਾਂਡਾ ਵੇਖਿਆ, ਭਾਂਡੇ ਵਿੱਚ ਕੁਛ ਵੀ ਨਹੀਂ ਸੀ, ਖਾਲੀ ਦਾ ਖਾਲੀ ਸੀ। ਐਸਾ ਹੁੰਦਾ ਹੈ, ਜਿਹੜੀਆਂ ਅਭਿਆਸੀ ਰੂਹਾਂ ਨੇ ਨਾਮ ਜਪਦੀਆਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਆਖੋ ਹੇ ਗੁਰੂ। ਮਨ ਕਿਸੇ ਵਿਰਲੀ ਰੂਹ ਦਾ ਟਿਕਦਾ ਹੈ ਅਤੇ ਜਦੋਂ ਉਹ ਜਪ ਕੇ ਨਾਮ ਉੱਠਦੀਆਂ ਨੇ, ਇੱਕਦਮ ਹੌਲੀਆਂ ਹੋਈਆਂ, ਇੱਕਦਮ ਬਦਲੀਆਂ ਹੋਈਆਂ ਮਹਿਸੂਸ ਕਰਦੀਆਂ। ਸਾਹਿਬ ਜੀ ਮੈਂ ਕਈ ਚਿਰਾਂ ਤੋਂ ਨਾਮ ਜਪਦਾ, ਨਾ ਤਾਂ ਮੈਂ ਹੌਲਾ ਹੋਇਆ ਨਾ ਮੈਂ ਆਪਣੇ ਆਪ ਨੂੰ ਕੋਈ ਚੰਗਾ ਜਿਹਾ ਮਹਿਸੂਸ ਕੀਤਾ, ਵੀ ਮੇਰੀ ਚੁਗਲੀ ਹਟ ਗਈ, ਮੇਰੀ ਨਿੰਦਾ ਹਟ ਗਈ, ਮੇਰੀ ਦਵੈਤ ਹਟ ਗਈ। ਇਹ ਸਾਈਨ ਮੇਰੀ ਜ਼ਿੰਦਗੀ 'ਚ ਆਏ ਨਹੀਂ। ਤੁਸੀਂ ਅੰਮ੍ਰਿਤ ਮੇਰੇ ਪਾਇਆ ਸੀ, ਮਗਰ ਮੇਰੇ ਹੱਥ ਜਿਸ ਤਰ੍ਹਾਂ ਇਸ ਤਰ੍ਹਾਂ ਹੋ ਜਾਂਦੇ ਅਤੇ ਪਾਣੀ ਥੱਲੇ ਡੁੱਲ ਜਾਂਦਾ ਹੈ, ਇਸ ਤਰ੍ਹਾਂ ਮੇਰੀ ਸੁਰਤ ਖਿੰਡ ਗਈ। ਅੰਮ੍ਰਿਤ 'ਤੇ ਤੂੰ ਪਾਇਆ, ਕਿਰਪਾ 'ਤੇ ਤੂੰ ਕੀਤੀ, ਅੰਮ੍ਰਿਤ ਵੇਲੇ ਮੈਨੂੰ ਉਠਾਇਆ ਵੀ ਤੂੰ, ਇਸ਼ਨਾਨ ਵੀ ਤੇਰੇ ਉਦਮ ਨਾਲ ਕੀਤਾ, ਨਾਮ ਵੀ ਤੇਰੇ ਉਦਮ ਨਾਲ ਕੀ ਜਪਿਆ, ਮਗਰ ਹੱਥ ਕਿਸਰ ਗਏ, ਖਿੰਡ ਗਏ, ਸੁਰਤ ਖਿੰਡ ਗਈ। ਤੇਰੇ ਅੰਮ੍ਰਿਤ ਦੀਆਂ ਬੂੰਦਾਂ ਜਦੋਂ ਮੈਂ ਅੰਮ੍ਰਿਤ ਚੈੱਕ ਕੀਤਾ, ਆਪਣੇ ਅੰਦਰ ਚੈੱਕ ਕੀਤੀਆਂ ਵੀ ਬੂੰਦਾਂ ਪਈਆਂ ਕਿੱਥੇ ਨੇ ਅਤੇ ਭਾਂਡਾ ਖਾਲੀ ਸੀ, ਅੱਜ ਮੈਂ ਤੇਰੇ ਅੱਗੇ ਇੱਕ ਅਰਦਾਸ ਕਰਦਾ, ਆਖੋ ਵਾਹਿਗੁਰੂ। ਤੁਸੀਂ ਵੀ ਕਰਿਓ, ਤੁਸੀਂ ਵੀ ਕਰਿਓ, ਮੈਂ ਵੀ ਕਰਦਾ, ਇੱਕ ਨਾਨਕ ਕੀ ਅਰਦਾਸ। ਹੁਣ ਬੋਲੋ, ਇੱਕ ਜੇ ਤੁਧ ਭਾਵ ਸੀ, ਮੈਂ ਇੱਕ ਅਰਦਾਸ ਕਰਦਾ ਜੇ ਤੈਨੂੰ ਚੰਗੀ ਲੱਗੇ ਤਾਂ, ਮੈਂ ਦੀਜੈ ਨਾਮ ਨਿਵਾਸ। ਬੋਲੋ, ਮੈਂ ਦੀਜੈ, ਜਿਹੜਾ ਮੈਂ ਜਪਦਾ ਨਾਮ ਉਹ ਮੇਰੇ ਅੰਦਰ ਨਿਵਾਸ ਕਰ ਜਾਏ, ਮੇਰੇ ਅੰਦਰ ਟਿਕ ਜਾਵੇ। ਅਰਦਾਸ ਕਰੋ, ਹੱਥ ਜੋੜੋ, ਜੋ ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋ ਸਾਡੇ ਅੰਦਰ ਖੁੱਲ੍ਹ ਕੇ ਬੋਲੋ, ਟਿਕ ਜਾਏ, ਇਹ ਅਰਦਾਸ ਕਰੋ।
ਗਰੀਬ ਨਿਵਾਜ, ਬਹੁਤ ਸਾਰਾ ਸੰਸਾਰ ਇਸ ਜਗਤ ਵਿੱਚ ਹੈ ਜਿਹੜਾ ਨਾਮ ਨਹੀਂ ਜਪਦਾ ਆਖੋ ਵਾਹਿਗੁਰੂ। ਜਿਹੜੇ ਗੁਰਦੁਆਰੇ ਨਹੀਂ ਆਉਂਦੇ ਲੋਕ, ਜਿਹੜੇ ਕਦੀ ਰੱਬ ਦੀ ਸੰਗਤ ਕਰਦੇ ਹੀ ਨਹੀਂ ਆਖੋ ਵਾਹਿਗੁਰੂ, ਮਗਰ ਤੇਰੀ ਕਿਰਪਾ ਹੋਈ, ਤੁਮਰੀ ਕਿਰਪਾ 'ਤੇ ਮਨੁੱਖ ਦੇਹ ਪਾਈ ਹੈ, ਤੇਰੀ ਕਿਰਪਾ ਨਾਲ ਮਨੁੱਖਾ ਦੇਹ ਮਿਲੀ, ਤੇਰੀ ਕਿਰਪਾ ਨਾਲ ਸਤਸੰਗਤ ਮਿਲੀ। ਅੱਜ ਮੇਰੀ ਅਰਦਾਸ ਹੈ, ਮੈਂ ਦੀਜੈ ਨਾਮ ਨਿਵਾਸ, ਮੈਂ ਦੀਜੈ ਨਾਮ, ਜਿਹੜਾ ਮੈਂ ਨਾਮ ਜਪਾਂ ਉਹ ਮੇਰੇ ਭਾਂਡੇ 'ਚ ਟਿਕ ਜਾਵੇ। ਵਾਹਿਗੁਰੂ ਵਾਹਿਗੁਰੂ ਵਾਹਿ, ਕਰੋ ਅਰਦਾਸ, ਵਾਹਿਗੁਰੂ 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 ਜੋੜੋ ਨਾਲੋ ਨਾਲ। ਵਾਹਿਗੁਰੂ 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 ਕੀਰਤਨ ਹੋ ਰਿਹਾ ਸੀ, ਸੁਣਿਓ ਗੁਰੂ ਕੇ ਸਿੱਖੋ, ਘਾਟਾ ਕਿੱਥੇ ਆ।
ਇਹ ਵਰਿਆ ਹੋਇਆ ਮੀਂਹ ਸਾਡੇ ਅੰਦਰ ਪੈਂਦਾ ਕਿਉਂ ਨਹੀਂ? ਇਹ ਕੌਮ ਅੱਜ ਡਰਾਈ ਕਿਉਂ ਲੱਗਦੀ, ਸੁੱਕੀ ਕਿਉਂ ਆ? ਇੱਕ ਦੂਸਰੇ ਦੇ ਬਚਨਾਂ ਤੋਂ ਸਾਨੂੰ ਅੱਗ ਕਿਉਂ ਲੱਗਦੀ, ਡਰਾਈ ਕਿਉਂ ਹੋ ਗਈ? ਅੱਗ ਕਿਹਨੂੰ ਲੱਗਦੀ, ਹਰੇ ਨੂੰ ਕਿ ਸੁੱਕੇ ਨੂੰ? ਬੋਲੋ। ਅੱਜ ਸਾਡੇ ਹਰ ਬੰਦੇ ਦੀ ਇੱਕ ਦੂਸਰੇ ਦੀ ਗੱਲ ਸੁਣ ਕੇ ਅੱਗ ਲੱਗਦੀ। ਜਦੋਂ ਕੀਰਤਨ ਹੁੰਦਾ ਸੀ, ਧੀਏ ਤੂੰ ਬੈਠੀ ਸੈਂ, ਤੁਹਾਡੇ 'ਚ ਕੋਈ ਦੱਸ ਸਕਦਾ ਭਾਈ ਸਾਹਿਬ ਜੀ ਕਿਹੜਾ ਸ਼ਬਦ ਪੜ੍ਹਦੇ ਸੀ? ਇਹ ਅੱਖਾਂ ਮੀਟ ਕੇ ਵੀ, ਚੌਂਕੜਾ ਮਾਰ ਕੇ ਵੀ ਸੁਣ ਨਹੀਂ ਸਕਦਾ। ਆਖੋ ਵਾਹਿਗੁਰੂ, ਉੱਚੀ ਬੋਲੋ, ਗੱਜ ਕੇ ਬੋਲੋ, ਵਾਹਿਗੁਰੂ। ਅੱਖਾਂ ਮੀਟ ਕੇ, ਚੌਂਕੜਾ ਮਾਰ ਕੇ ਵੀ ਬੋਲੋ, ਸੁਣ ਨਹੀਂ ਸਕਦਾ। ਜੀਭ ਵਿਚਾਰੇ ਦੇ ਅੰਦਰ ਇੰਨਾ ਸ਼ੋਰ ਹੈ, ਸੱਚ ਕਹਿ ਰਿਹਾ ਕਿ ਝੂਠਾ? ਬੋਲੋ। ਇੱਥੇ ਬੈਠੇ ਬੈਠੇ ਦੇ ਅੰਦਰ ਇੰਨਾ ਸ਼ੋਰ ਹੈ, ਸ਼ਬਦ ਕਿਹੜਾ ਚੱਲ ਗਿਆ, ਕਿਹੜਾ ਪੜ ਗਿਆ? ਹਾਂ, ਮੈਂ ਆਇਆ ਅੰਦਰ, ਇੱਕ ਡਾਲਰ ਇੱਥੇ ਰੱਖਿਆ, ਇੱਕ ਡਾਲਰ ਗੋਲਕ ਵਿੱਚ ਪਾਇਆ, ਮੇਰੀ ਡਿਊਟੀ ਪੂਰੀ ਹੋ ਗਈ। ਇੱਥੇ ਇਸ ਤਰ੍ਹਾਂ ਨਹੀਂ ਸੀ। ਆਖੋ ਵਾਹਿਗੁਰੂ, ਵਾਹਿਗੁਰੂ। ਇੱਥੇ ਸੁਣਨ 'ਤੇ ਬੜਾ ਜ਼ੋਰ ਦਿੱਤਾ ਹੈ। ਜਿਹਨੂੰ ਸੁਣਨਾ ਆ ਗਿਆ, ਪਕੜ ਰਹੇ ਹੋ, ਸੁਣ ਰਹੇ ਹੋ ਨਾ ਚੰਗੀ ਤਰ੍ਹਾਂ? ਜਿਹਨੂੰ ਸੁਣਨਾ ਆ ਗਿਆ, ਉਹਨੂੰ ਗਾਉਣਾ ਆ ਗਿਆ। ਬੋਲੋ ਭਲਾ ਮੈਂ ਕੀ ਕਿਹਾ? ਉਹਨੂੰ ਜਿਹਨੇ ਧਿਆਨ ਨਾਲ ਸੁਣਿਆ, ਉਹਦੀ ਆਤਮਾ ਗਾ ਉੱਠੀ। ਹੁਣ ਅਸੀਂ ਕਿੰਨੇ ਬੈਠੇ ਹਾਂ, ਮੈਂ ਤੁਹਾਨੂੰ ਉਲਾਮਾ ਨਹੀਂ ਦਿੰਦਾ, ਮਗਰ ਕਰਾਂ ਕੀ? ਇਹ ਕੌਮ ਦੀ ਟੈਂਦੀ ਕਲਾ ਦਾ ਕਾਰਨ ਕੀ ਆ? ਇਹਦੇ 'ਚ ਤੁਸੀਂ ਮੈਨੂੰ ਉਲਾਮਾ ਨਹੀਂ ਦੇ ਸਕਦੇ ਵੀ ਤੂੰ ਕਿਹੜੇ ਬੇਸ ਤੋਂ ਕਹਿੰਦਾ ਵੀ ਕੌਮ ਦੀ ਟੈਂਦੀ ਕਲਾ ਆ? ਇਹ ਗੁਰਦੁਆਰੇ ਖਾਲੀ ਹੋਣੇ, ਪਕੜ ਰਹੇ ਹੋ? ਇਹ ਗੁਰਦੁਆਰਿਆਂ ਦਾ ਹਾਲ ਬੋਂ ਬੋਂ ਬੋਲਣਾ, ਸਿੱਖ ਦਾ ਘਰ ਵਿੱਚ ਬੈਠੇ ਰਹਿਣਾ, ਅੱਖ ਵਾਹਿਗੁਰੂ, ਸਿੱਖ ਦਾ ਟੀ ਵੀ ਅੱਗੇ, ਟੈਲੀਫੋਨ ਦੇ ਅੱਗੇ ਬੈਠੇ ਰਹਿਣਾ, ਇਹ ਗਵਾਹੀ ਦਿੰਦਾ ਹੈ ਕਿ ਸਾਡਾ ਤਨ ਮਨ ਥੀਵੇ ਹਰਿਆ ਨਹੀਂ ਹੋਇਆ। ਜੇ ਸਾਨੂੰ ਪਤਾ ਲੱਗ ਜਾਂਦਾ ਇਸ ਘਰ ਵਿੱਚ ਆਣ ਕੇ ਮੇਰਾ ਤਨ ਵੀ ਹਰਿਆ ਹੋ ਸਕਦਾ ਹੈ ਅਤੇ ਮੇਰਾ ਮਨ ਵੀ ਹਰਿਆ, ਉਸ ਉੱਚੀ ਬੋਲਿਆ ਕਰੋ, ਡਰਦੇ ਕਿਉਂ ਜੇ? ਬੋਲੋ ਨਾ ਗੁਰੂ ਕੇ ਸਿੱਖੋ। ਇੱਕ ਪਰਿਵਾਰ ਹਾਂ ਤੁਸੀਂ ਅਤੇ ਮੈਂ, ਸਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ, ਬੋਲੋ ਕੀ ਨਾਮ ਹੈ? ਅਤੇ ਮਾਤਾ ਵਾਸੀ ਸ੍ਰੀ, ਫਿਰ ਤੁਸੀਂ ਚਵੋ ਨਾ। ਜੇ ਮੈਨੂੰ ਇਹ ਪਤਾ ਲੱਗ ਜਾਂਦਾ ਵੀ ਗੁਰਦੁਆਰੇ ਗਿਆ ਮੇਰੇ ਬੱਚਿਆਂ ਦਾ ਅਤੇ ਮੇਰਾ ਤਨ ਵੀ ਹਰਿਆ ਹੋ ਸਕਦਾ ਹੈ ਅਤੇ ਮਨ ਵੀ, ਅਤੇ ਫਿਰ ਹਰ ਚੰਗੀ ਮਾਂ ਆਪਣੀ ਔਲਾਦ ਨੂੰ ਲੈ ਕੇ ਸੋਦਰ ਦੀ ਚੌਂਕੀ ਵੇਲੇ ਗੁਰਦੁਆਰੇ ਆਉਂਦੀ, ਸਾਰੇ ਕੰਮ ਛੱਡ ਦਿੰਦੀ, ਸਾਰੇ ਕੰਮ ਛੱਡ ਦਿੰਦੀ, ਰਿਸ਼ਤੇਦਾਰ ਇੱਕ ਸਮੇਂ ਲਈ ਵਕਤੀ ਤੌਰ 'ਤੇ ਛੱਡ ਦਿੰਦੀ, ਮਾਮਿਆਂ ਚਾਚਿਆਂ ਤਾਇਆਂ ਨੂੰ ਛੱਡ ਦਿੰਦੀ, ਇੱਥੇ ਆਣ ਕੇ ਕਹਿੰਦੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਭਉ ਕਿਹਾ ਕਾੜਾ ਜੀ। ਇਸ ਗੱਲ ਨੇ ਵੀ ਸਾਡੇ ਅੰਦਰ ਕਰਨ ਨਹੀਂ ਕੀਤਾ,
ਇੱਕ ਗੁਰਦੁਆਰਾ ਹੀ ਹੈ ਜਿੱਥੇ ਜਾ ਕੇ ਤਨ ਵੀ ਅਤੇ ਮਨ ਵੀ ਹਰਿਆ ਹੁੰਦਾ ਹੈ। ਅਜੇ ਦ੍ਰਿੜਤਾ ਨਹੀਂ ਆਈ, ਇਸ ਤਰ੍ਹਾਂ ਹੀ ਹੈ ਜੀ, ਦ੍ਰਿੜਤਾ ਨਹੀਂ ਆਈ। ਇਹ ਲੱਭਦਾ ਫੇਸਬੁੱਕ 'ਚੋਂ ਹਰਿਆਪਨ, ਇਹ ਲੱਭਦਾ ਵਟਸਐਪ ਦੇ ਵਿੱਚੋਂ ਹਰਿਆਪਨ, ਵੀ ਸ਼ਾਇਦ ਮੈਂ ਵਟਸਐਪ ਦੀਆਂ ਖਬਰਾਂ ਪੜ੍ਹਾਂ ਅਤੇ ਮੇਰਾ ਤਨ ਅਤੇ ਮਨ ਹਰਿਆ ਹੋ ਜੂ। ਨਹੀਂ ਨਹੀਂ, ਜੇ ਕਿਤੇ ਹੋਰ ਹਰੇਪਨ ਦੀ ਸੁੱਕੇ ਹੋਏ ਮਨ ਦੀ ਦਵਾਈ ਹੁੰਦੀ ਤਾਂ ਗੁਰੂ ਨੇ ਲਿਖ ਦੇਣਾ ਸੀ, ਗੁਰਦੁਆਰੇ ਨਾ ਆਈ, ਘਰ ਬਹਿ ਕੇ ਫੋਨ ਵੇਖ ਲਈ, ਤਨ ਵੀ ਹਰਿਆ ਹੋਜੂ, ਤੇਰੇ ਬੱਚਿਆਂ ਦਾ ਵੀ ਅਤੇ ਤੇਰਾ ਵੀ। ਮਗਰ ਐਸਾ ਹੋਇਆ ਨਹੀਂ, ਲੋਕ ਸੁੱਕ ਗਏ। ਕਿੱਤੀ ਜੋਬਨ ਪ੍ਰੀਤ ਬਿਨ, ਕਿੰਤੀ ਖੁੱਲ੍ਹ ਕੇ ਬੋਲਿਆ ਕਰੋ, ਕਿੱਤੀ ਜੋਬਨ, ਕਿੱਤੀ ਦਾ ਮਤਲਬ ਕਿੰਨੇ ਹੀ ਜੋਬਨ, ਕਿੰਨੀਆਂ ਜਵਾਨੀਆਂ, ਕਿੰਨੇ ਘਰ ਸੁੱਕ ਗਏ। ਬੋਲੋ ਭਲਾ ਇਸ ਤਰ੍ਹਾਂ ਕੀ ਲਿਖਿਆ, ਸੁੱਕ ਗਏ, ਬੋਲੋ ਇੰਨਾ ਤਾਂ ਮੇਰੇ ਨਾਲ ਬੋਲੋ ਨਾ, ਪੰਜਾਬੀ ਆ, ਬੋਲੋ ਸੁੱਕ ਗਏ। ਕਿੰਨੇ ਜੋਬਨ, ਕਿੰਨੀਆਂ ਜਵਾਨੀਆਂ, ਕਿੰਨੇ ਪਰਿਵਾਰ ਸੁੱਕ ਗਏ, ਕੁਮਲਾਏ, ਕੁਮਲਾ ਗਏ। ਕਾਰਨ ਕੀ ਸੀ? ਅੱਖ ਵਾਹਿਗੁਰੂ ਉੱਥੇ ਨਹੀਂ ਆਏ ਜਿੱਥੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ, ਉੱਥੇ ਨਹੀਂ ਆਏ। ਕਾਰਨ ਕੀ ਸੀ? ਅਸੀਂ ਬਾਣੀ ਨੂੰ ਸੁਣਿਆ ਨਹੀਂ। ਭਾਈ ਸਾਹਿਬ ਨੇ ਜਿਹੜਾ ਸ਼ਬਦ ਪੜ੍ਹਿਆ ਹੈ, ਕੀਰਤਨ ਕੀਤਾ ਹੈ, ਕੋਈ ਗੁਰਮੁਖ ਰੂਹਾਂ ਹੋਣਗੀਆਂ ਜਿਹਨਾਂ ਉਸ ਕੀਰਤਨ ਨੂੰ ਸੁਣਿਆ। ਮੈਂ ਆਪ ਜੀ ਨੂੰ ਰਿਪੀਟ ਕਰਾਉਣਾ, ਮੈਨੂੰ ਪਤਾ ਹੈ ਕਿਸੇ ਨੂੰ ਚੇਤੇ ਨਹੀਂ ਹੋਣਾ, ਜਿਹੜੇ ਜਿਹੜੀਆਂ ਗੁਰਮੁਖ ਰੂਹਾਂ ਬੈਠੀਆਂ ਪਿਆਰ ਤਾਂ ਕਰਦੇ ਹੋ ਮਗਰ ਧਿਆਨ ਨਾਲ ਸੁਣਿਆ ਨਹੀਂ। ਦੇਖੋ ਬੋਲੋ, ਦੇਖੋ ਉੱਚ ਬੋਲੋ, ਅਚਰਜ ਪਿਆ। ਦੇਖੋ ਇੱਕ ਹੈਰਾਨੀ ਵਾਲੀ ਗੱਲ ਹੋ ਗਈ, ਜਿਸ ਬਾਤ ਕੋ ਸੁਣਤ ਅਗਾਧ ਬੋਧ, ਜਿਹੜੀ ਮੈਂ ਗੱਲ ਆਹਨਾ ਵੀ ਅਗਾਧ ਬੋਧ ਆ, ਵਾਹਿਗੁਰੂ ਦਾ ਨਾਮ ਅਗਾਧ ਬੋਧ ਆ। ਸੋ ਰਿਦੇ ਗੁਰਦਿਆ, ਸੋ ਨਹੀਂ ਪਤਾ ਲੱਗਾ ਲਈ, ਸੋ ਰਿਦੇ ਜਿਹੜੀ ਮੈਂ ਗੱਲ ਕਹਿੰਦਾ ਸਭ ਬੜੀ ਦੂਰ ਆ, ਬੜੀ ਦੂਰ ਆ, ਬੜੀ ਦੂਰ ਆ, ਪਤਾ ਨਹੀਂ ਕਿੱਥੇ ਆ, ਪਤਾ ਨਹੀਂ ਕਿੱਥੇ ਆ, ਉਹ ਨਾਮ ਮੇਰੇ ਹਿਰਦੇ 'ਚ ਮੈਨੂੰ ਲੱਭ ਗਿਆ। ਆਖੋ ਵਾਹਿਗੁਰੂ, ਦੇਖੋ ਚਰਜ ਪਿਆ, ਵੇਖੋ ਕਿੰਨਾ ਸੋਹਣਾ ਸ਼ਬਦ ਆ। ਦੇਖੋ ਜੋਏ ਦੂਤ, ਇਹ ਸ਼ਬਦ ਕੀਰਤਨ ਕਰ ਰਹੇ ਸੀ ਭਾਈ ਸਾਹਿਬ, ਇਹਨਾਂ ਦੁਬਾਰਾ ਨੇ ਨਹੀਂ ਸੁਣਨਾ, ਇਹਨਾਂ ਪਰਦਿਆਂ ਨੇ ਨਹੀਂ ਸੁਣਨਾ, ਸੁਣਨਾ ਕਿੰਨੇ ਆ? ਸਿੱਖ ਨੇ, ਕਿੰਨੇ ਸੁਣਨਾ? ਸਿੱਖ ਨੇ ਸੁਣਨਾ ਨਾ, ਤੁਹਾਡੇ ਲਈ ਕੀਰਤਨ ਕੀਤਾ ਹੈ ਨਾ, ਦੀਵਾਰਾਂ ਲਈ ਨਹੀਂ ਕੀਤਾ, ਪਰਦਿਆਂ ਲਈ ਨਹੀਂ ਕੀਤਾ। ਮਗਰ ਐਸੀ ਕਹਾਣੀ ਹੋਈ, ਭਾਈ ਸਾਹਿਬ ਵੀ ਚਿਹਰੇ ਲੱਭਦੇ ਹੋਣਗੇ, ਜੇ ਹੁਣ ਮੈਂ ਤੁਹਾਡੇ 'ਚੋਂ ਚਿਹਰੇ ਲੱਭਦਾ ਵੀ ਤੁਹਾਡੇ 'ਚੋਂ ਰਿਸਪੋਂਸ ਕੌਣ ਦਿੰਦਾ ਹੈ, ਜੋ ਮੈਂ ਬਾਣੀ ਪੜ੍ਹ ਰਿਹਾ ਇਹਨੂੰ ਸੁਣ ਕੇ ਰਿਸਪੋਂਸ ਕੌਣ ਦਿੰਦਾ ਹੈ? ਭਾਈ ਸਾਹਿਬ ਵੀ ਕੀਰਤਨ ਕਰਦੇ ਵਿਚਾਰੇ ਵਹਿੰਦੇ ਹੋਣਗੇ ਵੀ ਕਿਸੇ ਭੈਣ ਦਾ ਧਿਆਨ ਹੋਵੇ ਸ਼ਬਦ ਵਿੱਚ, ਅਤੇ ਮੇਰਾ ਵੀ ਧਿਆਨ ਕਿਸੇ ਸ਼ਬਦ ਵਿੱਚ, ਪੜ੍ਹਨ ਵਾਲਾ ਜਿਹੜਾ ਸੁਣਨ ਵਾਲਾ ਉਹਦੇ ਵਿੱਚ ਧਿਆਨ ਹੋਵੇ, ਅਤੇ ਕੀਰਤਨ ਕਰਨ ਵਾਲੇ ਨੂੰ ਅਤੇ ਕਥਾ ਕਰਨ ਵਾਲੇ ਨੂੰ ਬੜਾ ਬਲ ਮਿਲਦਾ ਹੈ ਜਦੋਂ ਕੋਈ ਸੁਣਨ ਵਾਲਾ ਅੱਗੋਂ ਰਿਸਪੋਂਸ ਦਿੰਦਾ ਹੈ ਵੀ ਮੈਂ ਤੇਰੇ ਅਤੇ ਬਾਬੇ ਨਾਨਕ ਦੇ ਬਚਨ ਸੁਣ ਰਿਹਾ। ਨਹੀਂ ਪਤਾ ਲੱਗਾ ਜੀ, ਪਕੜ ਰਿਹਾ ਹੋਣਾ? ਆਖੋ ਵਾਹਿਗੁਰੂ। ਉਹ ਸ਼ਬਦ ਜਿਹੜਾ ਸੀ
ਉਹਦੇ ਵਿੱਚ ਅੱਗੇ ਜਾ ਕੇ ਕਹਿੰਦੇ ਆ ਦੇਖੋ ਅਚਰਜ ਪਇਓ, ਵੇਖੋ ਅਚਰਜ ਹੋ ਗਿਆ। ਜੋਏ ਦੂਤ ਬੋਏ ਬਹੁਤ ਸੰਤਾਪਤ, ਜੋਏ ਦੂਤ ਖੁੱਲ੍ਹ ਕੇ ਬੋਲੋ, ਬੜਾ ਆਨੰਦ ਆਊਗਾ ਜੇ ਅਰਥ ਪਤਾ ਲੱਗ ਗਿਆ। ਅਤੇ ਜੋਏ ਦੂਤ ਮੋਏ ਬਹੁਤ ਸੰਤਾਪਤ, ਜਿਹੜੇ ਦੂਤ ਮੈਨੂੰ ਬੜਾ ਸਤਾਉਂਦੇ ਸੀ, ਅਤੇ ਭਇਆ ਨੱਕ ਪਇਆ, ਭੱਜ ਗਏ ਮੇਰੇ ਕੋਲੋਂ। ਕਦੋਂ? ਜਦੋਂ ਮੈਂ ਸਤਸੰਗਤ ਵਿੱਚ ਬਹਿ ਕੇ ਆਖੋ ਵਾਹਿਗੁਰੂ ਕੀ ਦੱਸਿਆ, ਵਾਹਿਗੁਰੂ 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 ਵਾਹਿਗੁਰੂ, ਜਿਉਂਦੇ ਰਹੋ ਜਿਉਂਦੇ ਰਹੋ। ਲੱਗ ਗਿਆ ਰੰਗ, ਲੱਗ ਗਿਆ ਦੀ ਬੜੀ ਲੱਗ ਜਾਵੇ। ਪੰਜਵੇਂ ਸਤਿਗੁਰੂ ਦਾ 108 ਰਾਗ ਵਿੱਚ ਇਹ ਸ਼ਬਦ ਪੜ੍ਹਿਆ, ਆਖੋ ਵਾਹਿਗੁਰੂ।
ਅਤੇ ਉੱਥੇ ਇਹ ਵੀ ਪੜ੍ਹਿਆ ਉਹਨਾਂ ਵੀ ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਬੋਲੋ ਭਲਾ ਬਣ ਜਾਣੀ, ਬਣ ਜਾਣੀ ਆਪਣੀ ਗੱਲ ਬਣ ਜਾਣੀ ਹੈ, ਬੋਲੋ ਜਰਾ, ਏਕ ਬੂੰਦ ਗੁਰ, ਕਿਹੜਾ ਇੱਕ ਬੂੰਦ? ਵਾਹਿਗੁਰੂ 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 ਦਿੱਤੀਆਂ ਜੀ, ਬੋਲੋ ਨਾ ਜੀ, ਬਹੁਤਾ ਨਹੀਂ ਦਿੱਤਾ। ਜਿੱਦਣ ਅੰਮ੍ਰਿਤ ਦੀ ਦਾਤ ਦਿੱਤੀ ਹੈ ਨਾ ਤੁਹਾਨੂੰ, ਆਖੋ ਵਾਹਿਗੁਰੂ ਜਿੱਦਣ ਦੁੱਧ ਦੇ ਵਿੱਚ ਦਹੀਂ ਪਾਈਦਾ ਨਾ, ਦਹੀਂ ਦੀ ਜਾਗ ਲਾਈਦੀ ਜਦੋਂ ਅਤੇ ਇੱਕ ਫੁੱਟੀ ਲਾਈਦੀ, ਹਾਜ਼ਰੋ ਕੀ ਕਿਹਾ ਮੈਂ, ਪਤਾ ਲੱਗ ਗਿਆ? ਕੋਈ ਬਹੁਤਾ ਰੁੱਗ ਭਰ ਕੇ ਦਹੀਂ ਦਾ ਨਹੀਂ ਵਿੱਚ ਸੁੱਟੀ ਦਾ, ਦੁੱਧ ਕਿੰਨਾ ਵੀ ਹੋਵੇ ਵਿੱਚ ਇੱਕ। ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਸਵਾਸਾਂ ਦਾ ਭੰਡਾਰਾ ਹੋਵੇ, ਉਹਦੇ 'ਚ ਗੁਰੂ ਨੇ ਇੱਕ ਬੂੰਦ ਅੰਮ੍ਰਿਤ ਦੀ ਦਿੱਤੀ। ਤਾਂ ਅਗਲਾ ਸ਼ਬਦ ਸੀ, ਤਾਂ ਅਟਲ ਅਮਰ ਨਾਮੁਆ,
ਬੋਲੋ ਹਾਂ ਤਾਂ ਅਟਲ ਅਮਰ ਪਕੜ ਲਿਆ ਜੇ ਇੱਕ ਬੂੰਦ ਨੇ ਕੀ ਕਰਤਾ ਮੈਨੂੰ ਅਟਲ ਵੀ ਕਰਤਾ ਅਤੇ ਅਮਰ ਵੀ ਕਰਤਾ ਬਹੁਤਾ ਨਹੀਂ ਬਹੁਤੇ ਸ਼ਬਦਾਂ ਦੀ ਗੱਲ ਨਹੀਂ ਕੀਤੀ ਇੱਕ ਸ਼ਬਦ ਮੇਰੇ ਇੱਕੋ ਹੀ ਸ਼ਬਦ ਦਿੱਤਾ ਤੂੰ ਇਹਦਾ ਜਾਪ ਕਰਿਆ ਕਰ ਇੱਕ ਬੂੰਦ ਗੁਰ ਅਤੇ ਇਹ ਬਾਣੀ ਦੇ ਤੁਸੀਂ ਗਿਆਨੀ ਬਣ ਜਾਓਗੇ ਨਾ ਪੂਜਾ ਹੋਰ ਗੱਲ ਹੈ ਪੂਜਾ ਉਹਦਾ ਗਿਆਨ ਲੈਣਾ ਹੋਰ ਗੱਲ ਆ ਪੂਜਾ ਮੂਰਤੀ ਦੀ ਵੀ ਸੰਸਾਰ ਨੇ ਕੀਤੀ ਆਖੋ ਵਾਹਿਗੁਰੂ ਕੀ ਕਿਹਾ ਪੂਜਾ ਸੰਸਾਰ ਨੇ ਉਹਦੇ ਕੋਲ ਗਿਆਨ ਨਹੀਂ ਲਿਆ ਸੀਵ ਨਹੀਂ ਉਹਦੇ ਕੋਲ ਗਿਆਨ ਸੀਵ ਨਹੀਂ ਮੂਰਤੀ ਕੋਲ ਕੋਈ ਗਿਆਨ ਨਹੀਂ ਲੋਕਾਂ ਨੇ ਦਰਖਤਾਂ ਦੀ ਪੂਜਾ ਕੀਤੀ ਪਿੱਪਲ ਦੀ ਉਹਨੂੰ ਧਾਗੇ ਬੱਧੇ ਪਕੜਦੇ ਹੋ ਉਹਨੂੰ ਧਾਗੇ ਬੱਧੇ ਉਹਦੀ ਪੂਜਾ ਕੀਤੀ ਉਹਦੇ ਥੱਲੇ ਧੂਫ ਜਗਾਤੇ ਮਗਰ ਉਹਦੇ ਕੋਲੋਂ ਸੀਵ ਨਹੀਂ ਮਗਰ ਇੱਥੇ ਪੂਜਾ ਦਾ ਵਿਸ਼ਾ ਨਹੀਂ ਆਖੋ ਵਾਹਿਗੁਰੂ ਇੱਥੇ ਗੁਰੂ ਕੋਲੋਂ ਕੀ ਲਈਦਾ ਹੈ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ ਗੁਰੂ ਦੀ ਇੱਕ ਕਿਰਨ ਇੱਕ ਗਿਆਨ ਦੀ ਕਿਰਨ ਗੁਰੂ ਦੀ ਅਗਿਆਨ ਦੀ ਹਨੇਰੀ ਕੋਠੜੀ 'ਚ ਪ੍ਰਕਾਸ਼ ਕਰ ਦਿੰਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਸਗਲ ਸਮੱਗਰੀ ਇੱਕ ਗਿਆਨ ਦੀ ਕਿਰਨ ਨੇ ਇੱਕ ਗਿਆਨ ਦੀ ਕਿਰਨ ਨੇ ਅੰਦਰ ਇੰਨਾ ਖਜ਼ਾਨਾ ਵਿਖਾਤਾ ਸਗਲ ਸਮੱਗਰੀ ਇਕਸ ਘੱਟ ਮਾਏ ਮੈਂ ਤਾਂ ਸਾਰਾ ਕੁਝ ਬਾਹਰੋਂ ਲੱਭਦਾ ਫਿਰਦਾ ਸਾਂ ਪਤਾ ਲੱਗਾ ਨਹੀਂ ਕਿੱਥੇ ਚਲੇ ਗਿਆ ਸਾਂ ਹਾਜ਼ਰ ਹੋ ਜਾ ਮੈਂ ਤਾਂ ਸਭ ਕੁਛ ਬਾਹਰੋਂ ਲੱਭਦਾ ਫਿਰਦਾ ਸਾਂ ਮਗਰ ਮੇਰੇ ਗੁਰੂ ਦੇ ਗਿਆਨ ਦੀ ਇੱਕ ਕਿਰਨ ਨੇ ਗਿਆਨ ਦੀ ਨੇ ਅੰਦਰ ਇੰਨਾ ਪ੍ਰਕਾਸ਼ ਕਰਾ ਦਿੱਤਾ ਮੈਂ ਵੇਖਿਆ ਸਭ ਕੁਛ ਹੀ ਤੇ ਸੀ ਸਗਲ ਸਮੱਗਰੀ ਬੋਲੋ ਭਲਾ ਕਿੱਥੇ ਇੱਕ ਸਕੱਟ ਮਾਏ ਮੇਰੇ ਇੱਕ ਘਰ 'ਚ ਹੀ ਪਈ ਜੀ ਸੀ ਅਨਕ ਰੰਗ ਸੁਖਮਨੀ ਸਾਹਿਬ ਆਉਂਦੀ ਤੁਹਾਨੂੰ ਬੋਲੋ ਨਾ ਸੁਸਤ ਨਾ ਹੋ ਕਿਤੇ ਐਸਾ ਨਾ ਹੋਵੇ ਤੁਹਾਡੀਆਂ ਬੋਡੀਆਂ ਇੱਥੇ ਹੁਣ ਅਤੇ ਤੁਸੀਂ ਇੱਥੇ ਨਾ ਹੋ ਬਹੁਤੀ ਵਾਰ ਕੀ ਕਰਦੇ ਨੇ ਲੋਕ ਆਖੋ ਵਾਹਿਗੁਰੂ ਗੱਜ ਕੇ ਬੋਲੋ ਸਰੀਰ ਗੁਰਦੁਆਰੇ ਲਿਆਉਂਦੇ ਆਪ ਨਹੀਂ ਆਉਂਦੇ ਇਤਨਾ ਹੀ ਹੈ ਜੀ ਸਰੀਰ ਆ ਜਾਂਦੇ ਚੌਂਕੜੇ ਮਾਰ ਲੈਂਦੇ ਮਗਰ ਆਪ ਗੈਰ ਹਾਜ਼ਰ ਹੋ ਜਾਂਦੇ ਫਿਰ ਦੋਸ਼ ਦਿੰਦੇ ਗੁਰਦੁਆਰਿਓਂ ਮਿਲਿਆ ਨਹੀਂ ਜਿਹਨੂੰ ਗੁਰਦੁਆਰਿਓਂ ਨਹੀਂ ਮਿਲਿਆ ਉਹਨੂੰ ਕਿਤੇ ਨਾ ਮਿਲਿਆ ਇਹ ਗੱਲ ਨੋਟ ਕਰਿਓ ਇੱਕੋ ਹੀ ਘਰ ਹੈ ਜਿਹਦੇ ਬਾਰੇ ਲਿਖਿਆ ਸਾਚੇ ਸਾਹਿਬਾ ਘਰ ਤਾਂ ਤੇਰੇ ਸਭ ਕੁਛ ਹੈ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਹਾਜ਼ਰ ਨਹੀਂ ਰਹਿੰਦੇ ਸੁਣਨ ਲੱਗੇ ਸੁਣੋ ਧਿਆਨ ਨਾਲ ਸਗਲ ਸਮੱਗਰੀ ਇੱਕ ਘੱਟ ਮਾਹੇ ਅਨਕ ਰੰਗ ਨਾਨਾ ਦਿਸਟਾਏ ਇੱਕ ਬੂੰਦ ਪਈ ਜਿਸ ਨਾਮ ਨੂੰ ਲੱਭਣ ਨੂੰ ਮੈਂ ਹਵਾਈ ਜਹਾਜ਼ਾਂ 'ਤੇ ਚੜ੍ਹ ਕੇ ਇੰਡੀਆ ਭੱਜ ਗਿਆ
ਜਿਸ ਨਾਮ ਨੂੰ ਲੱਭਣ ਲਈ ਮੈਂ ਪਾਕਿਸਤਾਨ ਭੱਜ ਗਿਆ, ਚਾਈਨਾ ਭੱਜ ਗਿਆ, ਫਰਾਂਸ ਭੱਜ ਗਿਆ, ਰਸ਼ੀਆ ਭੱਜ ਗਿਆ। ਗੁਰੂ ਨੇ ਐਸੀ ਦਇਆ ਕੀਤੀ, ਇੱਕ ਬੂੰਦ ਇੱਕ ਕਿਰਨ ਗਿਆਨ ਦੀ ਅੰਦਰ ਆਈ, ਮੈਨੂੰ ਪਤਾ ਲੱਗ ਗਿਆ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਕਿੱਥੇ ਆ। ਸਾਰੇ ਬੋਲੋ ਜਿਹਨਾਂ ਜਿਹਨਾਂ ਨੂੰ ਬਾਣੀ ਆਉਂਦੀ, ਨਾਲੋ ਨਾਲ ਨਾਲੋ ਨਾਲ ਹੀ ਪਰਦੇ ਚੁੱਕੀ ਚੱਲੋ ਅੰਦਰੋਂ, ਵੀ ਗੁਰੂ ਦੇ ਗਿਆਨ ਵਿੱਚ ਨਾਮ ਕਿੱਥੇ ਆ, ਨਾਮ ਗੁਰੂ ਦੇ ਗਿਆਨ ਦੀ ਰੋਸ਼ਨੀ ਜਿੱਦਣ ਆਉਂਦੀ ਤਾਂ ਫਿਰ ਪਤਾ ਲੱਗਦਾ ਵੀ ਨਾਮ ਕਿਤੇ ਬਾਹਰ ਨਹੀਂ, ਦੇਹੀ ਮੈਂ। ਸੁਨ ਸਮਾਦ ਅਨਹਤ ਤਿਹ ਨਾਦ, ਇੰਨਾ ਆਨੰਦਮਈ ਹੈ, ਇੰਨਾ ਆਨੰਦਮਈ ਹੈ, ਕਹਿਣ ਨਾ ਜਾਈ ਅਚਰਜ ਵਿਸਮਾਦ, ਕਹਿਣ ਨਾ ਜਾਈ ਅਚਰਜ। ਮਹਾਰਾਜ ਦਿਸਦਾ ਕਿਹਨੂੰ ਆ, ਅੱਗੋਂ ਕੁਐਸਚਨ ਸ਼ੁਰੂ ਹੋਇਆ ਵੀ ਉਹ ਨਾਮ ਜਿਹੜਾ ਅੰਦਰ ਆ, ਅਨਾਹਦ ਨਾਦ ਜਿਹੜਾ ਅੰਦਰ ਤੁਸੀਂ ਕਹਿੰਦੇ ਹੋ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਸੁਨ ਸਮਾਦ ਅਨਹਤ ਤੈਂ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਕਹਿੰਦੇ ਪੁੱਤਰਾ, ਕੋਈ ਦੁਨੀਆ ਦੀ ਤਾਕਤ ਤੈਨੂੰ ਅੰਦਰਲੇ ਨਾਦ ਤੱਕ ਲੈ ਕੇ ਨਹੀਂ ਜਾ ਸਕਦੀ। ਨੋਟ ਕਰਿਓ ਮੈਂ ਕੀ ਕਿਹਾ, ਇੱਕ ਵਾਰ ਬੋਲੋਗੇ ਮੇਰੇ ਨਾਲ, ਕੋਈ ਦੁਨੀਆ ਦੀ ਪਾਵਰ ਅੰਦਰਲੇ ਨਾਦ ਤੱਕ ਤੈਨੂੰ ਲੈ ਕੇ ਨਹੀਂ ਜਾ ਸਕਦੀ। ਕੌਣ ਖੜੂਗਾ, ਤਿੰਨ ਦੇਖਿਆ ਜਿਸ ਆਪ ਦਿਖਾਏ, ਬੋਲੋ ਜੀ, ਤਿੰਨ ਦੇਖਿਆ ਉਹ ਨਾਦ ਨੂੰ ਕਿੰਨੇ ਦੇਖਿਆ ਅਤੇ ਕਿੰਨੇ ਮਾਣਿਆ, ਜਿਹਦੇ ਸਿਰ 'ਤੇ ਸਮਰੱਥ ਗੁਰੂ ਨੇ ਹੱਥ ਰੱਖਿਆ। ਅੱਜ ਸਮਾਜ ਦਾ ਵਿਚਾਰਿਆਂ ਦਾ ਬਹੁਤ ਵੱਡਾ ਦੁਖਾਂਤ ਆ ਲੋਕਾਂ ਦਾ, ਬਹੁਤ ਸਾਰੇ ਲੋਕ ਤਾਂ ਜਪਦੇ ਨਹੀਂ, ਜਿਹੜੇ ਜਪਦੇ ਉਹ ਵੀ ਭਟਕੇ। ਸ਼ਾਇਦ ਮੇਰੀ ਕੋਈ ਮਦਦ ਕਰੇ ਇਸ ਮਸਲੇ 'ਚ, ਇਸ ਮਸਲੇ ਵਿੱਚ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ, ਜਿਹਨਾਂ ਜਿਹਨਾਂ ਨੂੰ ਬਾਣੀ ਆਉਂਦੀ ਇੱਕ ਵਾਰ ਬੋਲੋਗੇ, ਚਲੋ ਨਹੀਂ ਆਉਂਦੀ ਮੇਰੇ ਨਾਲ ਪੜ੍ਹ ਲਓ, ਨਾਨਕ ਗੁਰਬਿਨ ਮਨ ਕਾ, ਖੁੱਲ੍ਹ ਕੇ ਬੋਲੋ, ਤਾਕ ਮੀਨਜ ਨਹੀਂ ਤਾਕੀ ਦਰਵਾਜ਼ਾ, ਜਿਹੜਾ ਅੰਦਰ ਤਾਲਾ ਲਾਇਆ ਹੈ ਨਾ ਗੁਰੂ ਨੇ ਵਸਤੂ ਰੱਖ ਕੇ ਨਾਮ ਦੀ, ਉਹ ਗੁਰੂ ਤੋਂ ਬਿਨਾਂ ਤਾਲਾ ਨਹੀਂ ਖੁੱਲ੍ਹਦਾ। ਏ ਬੀ ਸੀ ਦਾ ਨਾਂ ਗਿਣੋ ਅਤੇ ਤੁਸੀਂ ਪਾਓਗੇ ਮੈਂ ਭੁੱਲਿਆ, ਤਾਂ ਨਹੀਂ ਮੈਨੂੰ ਲੱਭਾ ਮੈਂ ਭੁੱਲਿਆ, ਮੈਂ ਕਹਿੰਦਾ ਮੇਰਾ ਤਾਲਾ ਪਰਮਜੀਤ ਸਿੰਘ ਖੋਲ੍ਹ ਦਿਓ, ਅਤੇ ਅਨੰਤ ਜ਼ਿੰਦਗੀਆਂ ਬਰਬਾਦ ਹੋਈਆਂ, ਮਨੁੱਖਾ ਜਨਮ ਵੀ ਮਿਲ ਗਿਆ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ, ਮਨੁੱਖਾ ਜਨਮ ਵੀ ਮਿਲ ਗਿਆ, ਸਤਸੰਗਤ ਵੀ ਮਿਲ ਗਈ, ਗੁਰੂ ਵੀ ਮਿਲ ਗਿਆ, ਫਿਰ ਵੀ ਪ੍ਰਾਪਤੀ ਨਾ ਹੋਈ। ਪਕੜ ਰਹੇ ਹੋ ਕੀ ਮੈਂ ਗਿਣਿਆ, ਇੱਕ ਵਾਰ ਜ਼ਰਾ ਤੁਸੀਂ ਵੀ ਰਿਪੀਟ ਕਰੋ, ਮਨੁੱਖਾ ਜਨਮ ਵੀ ਮਿਲ ਗਿਆ, ਗੁਰੂ ਦੀ ਸਤਸੰਗਤ ਵੀ ਮਿਲ ਗਈ, ਗੁਰੂ ਦੀ ਸੰਗਤ ਹੈ ਇਹ, ਕਿਸੇ ਬੰਦੇ ਦੀ ਸੰਗਤ ਨਹੀਂ, ਨਿਰੰਜਨ ਸਿੰਘ ਦੀ ਸੰਗਤ ਨਹੀਂ, ਗਿਆਨ ਸਿੰਘ ਦੀ ਸੰਗਤ ਨਹੀਂ, ਇਹ ਗੁਰੂ ਦੀ ਸੰਗਤ ਆ, ਇਹ ਜਿਹੜੀ ਗੁਰੂ ਦੀ ਸੰਗਤ ਆ, ਇਹਨੂੰ ਕਿਸੇ ਨਾਮ ਨਾਲ ਨਹੀਂ ਤੁਸੀਂ ਕਹਿ ਸਕਦੇ। ਆਖੋ ਵਾਹਿਗੁਰੂ, ਮਨੁੱਖਾ ਜਨਮ ਵੀ ਮਿਲ ਗਿਆ, ਗੁਰੂ ਦੀ ਸੰਗਤ ਵੀ ਮਿਲ ਗਈ, ਅਤੇ ਗੁਰੂ ਵੀ ਮਿਲ ਗਿਆ, ਨਿਰੰਕਾਰ ਵੀ ਮਿਲ ਗਿਆ, ਮਗਰ ਮੈਨੂੰ ਪ੍ਰਾਪਤੀ ਨਾ ਹੋਈ, ਕਿਉਂ? ਆਖੋ ਵਾਹਿਗੁਰੂ, ਝਾਕ ਰੱਖੀ ਸੀ ਕਿਤੇ, ਕੀ ਬੋਲੋ?
ਵੀ ਸ਼ਾਇਦ ਕੋਈ ਕਰਦਾ। ਅਗਲੀ ਤੁਗਨੀ ਮੈਂ ਪੜ੍ਹੀ, ਤਿੰਨ ਦੇਖਿਆ ਜਿਸ ਆਪ ਦਿਖਾਏ, ਬੋਲੋ ਤਿੰਨ ਦੇਖਿਆ ਨਾਨਕ ਗੁਰਬਿਨ ਮਨ ਕਾ ਤਾਗ ਨਾ ਉਗੜੇ। ਦ੍ਰਿਸ਼ਟੀ ਵਿੱਚ ਆਓ, ਪਾਰ ਪਾ ਕੇ ਬੋਲੋ, ਨਾਨਕ ਗੁਰਬਿਨ ਮਨ ਕਾ ਤਾਗ, ਜਿਹੜਾ ਨਹੀਂ ਖਲਵਾਉਣਾ ਚਾਹੁੰਦਾ ਉਹਦੀ ਮਰਜ਼ੀ। ਗੁਰੂ ਨੇ ਡਾਇਰੈਕਸ਼ਨ ਦਿੱਤੀ ਆ ਵੀ ਮਨ ਦੇ ਅੰਦਰ ਜਿਹੜਾ ਦਰਵਾਜ਼ਾ ਤੇਰੇ ਲੱਗਾ ਹੈ, ਤਾਲਾ ਲੱਗਾ ਹੈ ਨਾ, ਅੰਦਰ ਰੱਖ ਕੇ ਤੇਰੇ ਵਸਤੂ ਤਾਲਾ ਲੱਗਾ ਹੈ, ਉਹ ਤਾਲਾ ਗੁਰੂ ਤੋਂ ਬਿਨਾਂ ਨਹੀਂ ਖੁੱਲ੍ਹ ਸਕਦਾ। ਅਤੇ ਤੂੰ ਗੁਰੂ ਦਾ ਆਸਰਾ ਛੱਡ ਕੇ ਕਿਤੇ ਹੋਰ ਲੱਭਦਾ ਫਿਰਦਾ ਹੈ। ਅਤੇ ਗੁਰੂ ਨੇ ਅਗਲਾ ਜਵਾਬ ਦਿੱਤਾ, ਜਿਹੜੇ ਜਿਹੜੇ ਸੁਣ ਸਕਦੇ ਹੋ ਸੁਣੋ, ਅਵਰ ਨਾ ਕੁੰਜੀ ਹੱਥ, ਬੋਲੋ ਇਹਦਾ ਅਰਥ ਕੀ ਬਣਿਆ ਜੀ, ਸਾਰੇ ਬੋਲੋ ਫਿਰ ਮੈਨੂੰ ਪਤਾ ਲੱਗੇ। ਕੁਲਵਿੰਦਰ ਸਿੰਘ ਤੂੰ ਵੀ ਬੋਲ, ਕੀ ਕਿਹਾ ਮੈਂ, ਇਹ ਕੁੰਜੀ ਅੱਧਿਆਂ ਬੋਲਿਆ ਅੱਧਿਆਂ ਨਹੀਂ ਬੋਲ, ਬੋਲੋ ਨਾ, ਮਰਦ ਦੇ ਪੁੱਤ ਬਣੋ, ਸੰਗਤ 'ਚ ਬੋਲਣਾ ਅਤੇ ਚੰਗੀ ਗੁਰਬਾਣੀ ਬੋਲਣੀ ਆ। ਮੈਂ ਤਾਂ ਬਾਹਰ ਕਿਸੇ ਕੋਈ ਕਵਿਤਾ ਸੁਣਾ ਹੀ ਨਹੀਂ ਰਿਹਾ। ਅਵਰ ਨਾ ਕੁੰਜੀ ਹੱਥ, ਬੋਲੋ ਅਵਰ, ਇਹ ਕੁੰਜੀ ਗੁਰੂ ਤੋਂ ਬਿਨਾਂ ਅਤੇ ਫਿਰ ਕਿਉਂ ਲੱਭਦੀ ਜੀਵ ਆਤਮਾ। ਤਿੰਨ ਦੇਖਿਆ ਜਿਸ ਆਪ ਦਿਖਾਏ, ਉਹ ਬੂੰਦ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤੋਂ ਅਟਲ ਅਮਰ ਨਾਮ ਵਾ। ਇਤਨਾ ਕਰ ਰਹੀ ਮੇਰੀ ਕੌਮ, ਮੰਨਦੇ ਹੋ ਕਿ ਨਹੀਂ, ਬੋਲੋ ਜੀ, ਗੁਰੂ ਕੇ ਸਿੱਖੋ, ਇਤਨਾ ਥਰ ਹਰ ਕੰਪੇ ਬਾਲਾ ਜੀ। ਉਹ ਕਈ ਮੇਰੇ ਵਰਗੇ ਕੱਚੇ ਪਿੱਲੇ ਇਸ ਤਰ੍ਹਾਂ ਦੇ ਵਿਚਾਰ ਵੀ ਬਣਾਉਂਦੇ ਨੇ ਵੀ ਇਹ ਕੌਮ ਦਾ ਹੁਣ ਕੁਛ ਨਹੀਂ ਬਣਨਾ, ਢਹਿੰਦੀ ਕਲਾ 'ਚ ਚਲੇ ਗਏ ਲੋਕ। ਜਿਸ ਤਰ੍ਹਾਂ ਇਹਨੂੰ ਚਾਰਜ ਫਿਰਿਓ ਘੇਰਾ ਪੈ ਗਿਆ ਹੈ, ਇਹਦਾ ਹੁਣ ਆਉਂਦੇ ਵਿਚਾਰ ਕਿ ਨਹੀਂ, ਬੋਲੋ ਨਾ ਗੁਰੂ ਕੇ ਸਿੱਖੋ। ਜਦੋਂ ਥਾਂ ਥਾਂ ਤੋਂ ਟਿੱਗਾਂ ਡਿੱਗਦੀਆਂ ਵਹਿੰਦੇ ਹੋ, ਟਿੱਗਾਂ ਸਮਝਦੇ ਹੋ, ਮਿੱਟੀ ਦੀਆਂ ਟਿੱਗਾਂ ਡਿੱਗਦੀਆਂ, ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਕੋਈ ਲੀਡਰ ਵਿਕ ਗਿਆ, ਕੋਈ ਵਿਕ ਗਿਆ, ਕੋਈ ਬਾਬਾ ਵਿਕ ਗਿਆ, ਕੋਈ ਸੰਤ, ਕੋਈ ਗਿਆਨੀ ਵਿਚਾਰੇ ਜਿਹੜੇ ਕਹਿਣ ਵਾਲੇ ਵਿਕ ਗਏ, ਅਤੇ ਅੰਦਰ ਆਤਮਾ ਸੋਚਦੀ ਵੀ ਇਸ ਕੌਮ ਦਾ ਕੁਛ ਨਹੀਂ ਬਣਨਾ, ਇਹ ਕੰਬਦੀ ਆ। ਆਖੋ ਵਾਹਿਗੁਰੂ, ਇਹ ਕਿਉਂ ਨਹੀਂ ਸੋਚਦੀ ਵੀ ਜਿੱਦਣ ਮੈਨੂੰ ਇੱਕ ਬੂੰਦ ਅੰਮ੍ਰਿਤ ਦੀ ਮਿਲ ਗਈ ਅਤੇ ਮੇਰਾ ਗੁਰੂ ਕਹਿੰਦਾ ਮੈਂ ਅਟਲ ਹੋ ਜਾਣਾ ਅਤੇ ਅਮਰ ਹੋ ਜਾਣਾ, ਮੈਂ ਉਸ ਬੂੰਦ ਨੂੰ ਕਿਉਂ ਨਹੀਂ ਸੰਭਾਲਦੀ? ਆਖਾਂ ਜੀਵਾਂ, ਫਿਰ ਮੈਨੂੰ ਕੋਈ ਕਿਤਰਾ ਮਾਰ ਦੂ? ਜਦੋਂ ਮੇਰਾ ਗੁਰੂ ਕਹਿੰਦਾ ਸੀ, ਜਦੋਂ ਤੇਰੇ ਕੋਲ ਬੂੰਦ ਹੋਈ ਨਾ, ਬੂੰਦ ਇੱਕ ਬੂੰਦ, ਬਹੁਤਾ ਨਹੀਂ, ਮੀਂਹ ਨਹੀਂ, ਇੱਕ ਬੂੰਦ। ਤੁਸੀਂ ਕਦੀ ਬਾਣੀ ਦੇ ਗਿਆਨੀ ਬਣ ਕੇ ਵੇਖਿਓ, ਬਾਣੀ 'ਚ ਇਸ ਤਰ੍ਹਾਂ ਵੀ ਲਿਖਿਆ ਹੈ, ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ। ਇਹ ਕਈ ਜਨਮਾਂ ਤੋਂ ਵਿਚਾਰਾ ਪਪੀਆ ਜਿਹੜਾ ਹੈ ਨਾ, ਪਪੀਆ ਕਿਉਂ ਭਲਾ, ਪਪੀਆ ਸਾਡੀ ਰੂਹ ਕਈ ਜਨਮਾਂ ਤੋਂ ਇੱਕ ਬੂੰਦ ਲੱਭਦੀ ਦੁਖੀ ਸੀ ਵਿਚਾਰੀ, ਜੰਮ ਪਈ ਮਰ ਗਈ, ਮਗਰ ਇਹਨੂੰ ਬੂੰਦ ਨਹੀਂ ਸੀ ਮਿਲਦੀ। ਇੱਕ ਬੂੰਦ ਜਲ ਕਾਰਨੇ, ਬੋਲੋ ਭਲਾ, ਚਾਤਰਕ ਦੁੱਖ ਪਾਵੇ। ਇਹ ਜਿੰਦ ਮੇਰੀ ਪਪੀਏ ਵਾਂਗ ਇੱਕ ਬੂੰਦ ਲਈ ਕਈ ਵਾਰ ਜੰਮੀ, ਕਈ ਵਾਰ ਮਰੀ। ਐਰਕਾ ਮੇਰੇ ਗੁਰੂ ਨੇ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ, ਖੁੱਲ੍ਹ ਕੇ ਬੋਲੋ, ਇੱਕ ਬੂੰਦ ਗੁਰ ਮੇਰੇ ਗੁਰੂ ਨੇ ਇੱਕ ਬੂੰਦ ਮੈਨੂੰ ਦੇ ਦਿੱਤੀ, ਕਿਹੜੀ? ਵਾਹਿਗੁਰੂ 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 ਵਾਹਿਗੁਰੂ।
ਜਿਉਂਦੇ ਰਹੋ। ਪੀ ਸਕਦੇ ਤੇ ਪੀ ਲਓ, ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀਵਣਾ। ਸਤਸੰਗਤ ਹੋ ਗਈ, ਹੋਰ ਕਿਹਨੂੰ ਸਤਸੰਗਤ ਕਹਿੰਦੇ? ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਹੀ ਨਾਮ ਵਖਾਣੀ ਹੈ। ਆਖੋ ਸਤਨਾਮ ਸੇਵਾ। ਚੰਗੀ ਤਰ੍ਹਾਂ ਸੁਣੋ, ਸਤਸੰਗਤ ਦਾ ਰੂਪ ਕੀ ਹੈ? ਜਿੱਥੇ ਧਾਗੇ ਦੀ ਗੱਲ ਨਾ ਹੋਵੇ। ਕਾਹਦੀ? ਧਾਗਾ ਸਮਝਦੇ ਹੋ? ਆ ਜਿਹੜੇ ਲੈ ਕੇ ਲੋਕ ਹੱਥਾਂ 'ਚ ਬੰਨੀ ਫਿਰਦੇ ਨੇ, ਗਲ 'ਚ ਪਾਈ ਫਿਰਦੇ ਨੇ। ਜਿੱਥੇ ਧਾਗੇ ਦੀ ਗੱਲ ਨਾ ਹੋਵੇ, ਜਿੱਥੇ ਸਵਾਹ ਦੀ ਪੁੜੀ ਦੀ ਗੱਲ ਹੋਵੇ ਨਾ ਹੋਵੇ, ਜਿੱਥੇ ਕਿਸੇ ਦੇ ਸਿਰ 'ਤੇ ਹੱਥ ਰੱਖਣ ਦੀ ਕੋਈ ਗੱਲ ਨਾ ਹੋਵੇ, ਜਿੱਥੇ ਕਿਸੇ ਪੱਥਰ ਦੀ ਮੁੰਦਰੀ ਦੀ ਗੱਲ ਨਾ ਹੋਵੇ, ਕੇਵਲ ਜਿੱਥੇ ਇੱਕੋ ਨਾਮ ਵਖਾਣੀਏ, ਉਹਨੂੰ ਕਹਿੰਦੇ ਸਤਸੰਗਤ। ਅਤੇ ਆਹ ਬਣ ਗਈ ਜਦੋਂ ਤੁਸੀਂ ਜਪਦੇ ਹੋ ਨਾ, ਇੱਥੇ ਹੋਰ ਕੋਈ ਸ਼ੋਰ ਨਹੀਂ, ਇੱਥੇ ਕੋਈ ਕਿਸੇ ਦੀ ਕਹਾਣੀ ਨਹੀਂ। ਇਹ ਬਾਬਾ ਮੁੰਦਰੀ ਦਿੰਦਾ ਹੈ, ਇਹ ਬਾਬਾ ਪੱਥਰ ਦੀ ਮੁੰਦਰੀ ਦਿੰਦਾ ਹੈ, ਧਾਗਾ ਦਿੰਦਾ ਸਵਾ ਨਾ ਨਾ, ਮੇਰਾ ਗੁਰੂ ਨਾਨਕ ਕੇ ਘਰ ਕੇਵਲ ਨਾਮ। ਬੋਲੋ ਖੁੱਲ੍ਹ ਕੇ, ਨਾਨਕ ਕੇ ਘਰ। ਇਸ ਘਰ 'ਚ ਕੇਵਲ ਕਾਹਦੀ ਗੱਲ ਹੁੰਦੀ? ਨਾਮ ਦੀ। ਉਹ ਦਿੱਤਾ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ। ਹੁਣ ਤੁਸੀਂ ਵੇਖ ਲਓ, ਕੋਈ ਨਹੀਂ ਬੋਲਿਆ ਵਿੱਚੋਂ, ਤਾਂ ਅਟਲ ਅਮਰ ਨਾਮ ਵਾ। ਭਰ ਭਰ ਕੇ ਬੋਲੋ, ਤਾਂ ਅਟਲ ਅਮਰ। ਇੱਕ ਬੂੰਦ ਗੁਰੂ ਕੋਲੋਂ ਅੰਮ੍ਰਿਤ ਦੀ ਮਿਲ ਗਈ, ਨਾਮ ਰੂਪੀ ਇੱਕ ਸ਼ਬਦ ਮਿਲ ਗਿਆ, ਬਸ ਜਪੀ ਜਾ, ਅਟਲ ਵੀ ਹੋ ਜਾਏਗਾ ਅਤੇ ਅਮਰ ਵੀ ਹੋ ਜਾਏਗਾ। ਇਹ ਗੁਰੂ ਡਾਇਰੈਕਸ਼ਨ ਦੇ ਰਿਹਾ ਪਰਮਜੀਤ ਸੋਨੀ। ਇਹ ਕਲਬੂਤ ਤੁਹਾਨੂੰ ਹਿੱਲਦਾ ਪਰਮਜੀਤ ਦਾ ਦਿਸਦਾ ਹੈ, ਪਰਮਜੀਤ ਸਿੰਘ ਦਾ। ਵਿੱਚੋਂ ਬਾਣੀ ਕਿਹਦੀ? ਗੁਰੂ ਦੀ ਬਾਣੀ ਹੈ, ਮੋਹਰ ਲੱਗੀ। ਅਤੇ ਅੱਗੇ ਸ਼ਬਦ ਸੀ ਜਿਹੜਾ ਭਾਈ ਸਾਹਿਬ ਪੜ੍ਹ ਕੇ ਗਏ, ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ। ਭਗਤੀ ਦਾ ਭੰਡਾਰਾ ਕਿਹਨੂੰ ਸੌਂਪਿਆ? ਗੁਰੂ। ਫਿਰ ਲੇਖਾ ਮੂਲ ਨਾ ਲਿਆ, ਫਿਰ ਲੇਖਾ ਜਿਹਨਾਂ ਦਾ ਤੁਸੀਂ ਦਿਨ ਮਨਾਉਣ ਨੂੰ ਇਕੱਠੇ ਹੋਏ ਹੋ। ਆਖਿਆ ਸੀ ਇਹਨੂੰ ਵੀ ਲੰਗਰ ਲਾ ਇੱਥੇ, ਆਖਿਆ ਸੀ ਜੀ ਕਿਹਨੂੰ? ਭਲਾ ਬਾਬਾ ਨਿਧਾਨ ਸਿੰਘ ਸਾਹਿਬ ਨੂੰ ਬੋਲੋ ਨਾ, ਸੁਚੇਤ ਹੋ ਕੇ ਕੀ ਕਿਹਾ ਸੀ? ਇੱਥੇ ਲੰਗਰ ਲਾ। ਅਤੇ ਕੀ ਕਿਹਾ ਸੀ? ਮੇਰੇ ਕੋਲ ਪੈਸੇ ਹੈ ਨਹੀਂ। ਇੱਥੇ ਵੀ ਕਿਹਾ ਸੀ, ਆਖੋ ਵਾਹਿਗੁਰੂ। ਗੱਲ ਕਹਾਣੀ ਗੁਲਾਬ ਦੇ ਵਿੱਚੋਂ ਨਿਕਲੀ ਹੋਈ ਕੁਛ ਬੋਧ ਹੀ ਨਹੀਂ, ਆਖੋ ਵਾਹਿਗੁਰੂ। ਮਾਤਾ ਦਾ ਨਾਮ ਕੀ ਸੀ? ਗੁਲਾਬ ਕੌਰ। ਤਿੰਨ ਤੰਦ ਜਣੇ ਦੀ, ਵੇਖੋ ਨਾਮ ਕਿੱਡਾ ਸੋਹਣਾ ਜਿਹਦੇ ਵਿੱਚੋਂ ਇਹ ਖੁਸ਼ਬੂ ਨਿਕਲੀ। ਹਾਜ਼ਰ ਹੋ ਜੀ, ਜਿਹਦੇ ਵਿੱਚੋਂ ਇਹ। ਮਾਤਾ ਦਾ ਨਾਮ ਕੀ ਸੀ? ਗੁਲਾਬ ਕੌਰ। ਉੱਤਮ ਸਿੰਘ। ਪਿਤਾ ਦਾ ਨਾਮ ਉੱਤਮ। ਵੇਖੋ ਉੱਤਮ ਗੁਲਾਬ ਦੇ ਵਿੱਚੋਂ ਨਿਕਲੀ ਹੋਈ ਖੁਸ਼ਬੂ ਕਿੱਥੇ ਜਾ ਕੇ ਟਿਕੀ? ਮੇਰੇ ਕੋਲ ਪੈਸੇ ਹੈ ਨਹੀਂ। ਪਕੜ ਰਹੇ ਭੈਣ? ਮੇਰੇ ਕੋਲ ਉਹਨੇ ਕਿਹਾ, ਖੀਸਾ ਮੇਰਾ ਕੱਢੀ ਜਾ। ਇਹ ਨਹੀਂ ਕਿਹਾ ਤੂੰ 2000 ਕੱਢੀ, ਇਹੀ ਕਿਹਾ ਸੀ ਤੂੰ 2000 ਕੱਢੀ, 10000 ਕੱਢੀ, ਲੱਖ ਕੱਢੀ,
ਰਹਿੰਦੀ ਦੁਨੀਆ 'ਤੇ ਕਿ ਨਿਧਾਨ ਸਿੰਘਾ ਤੇਰੇ ਕੋਲ ਹਿਸਾਬ ਕੋਈ ਨਹੀਂ ਮੰਗੂ, ਫਿਰ ਲਿਖਾ ਮੂਲ ਨਾ ਲਿਆ, ਬੋਲੋ ਨਾ, ਫਿਰ ਲਿਖਾ ਪੁੱਛਿਆ। ਫਿਰ ਅੱਜ ਤੱਕ ਜਿੰਨੇ ਉੱਥੇ ਲੰਗਰ ਚੱਲ ਰਹੇ ਨੇ ਕਿਸੇ ਨੇ ਪੁੱਛਿਆ ਕਿੱਥੋਂ ਚੌਲ ਆਉਂਦੇ, ਕਿੱਥੋਂ ਦਾਣੇ ਆਉਂਦੇ, ਕਿੱਥੋਂ ਲੰਗਰ ਆਉਂਦਾ ਹੈ, ਕਿੰਨਾ ਪੱਕ ਗਿਆ? ਆਖੋ ਵਾਹਿਗੁਰੂ। ਦੂਸਰੇ ਪਾਸੇ ਬੋਰਡ ਦਾ ਲੰਗਰ ਹੈ, ਪਤਾ ਲੱਗਾ ਜੀ ਬੋਰਡ ਦਾ? ਤੁਸੀਂ ਖੁੱਲ੍ਹ ਕੇ ਵੇਖੋ, ਜਰਾ ਚੌਂਕੜਾ ਮਾਰ ਕੇ ਬੈਠੋ, ਖੁੱਲ੍ਹ ਕੇ ਆਪਣੀ ਸੁਰਤੀ ਦੇ ਦਰਵਾਜ਼ੇ ਖੁੱਲ੍ਹ ਕੇ ਵੇਖੋ। ਇੱਕ ਪਾਸੇ ਹਜ਼ੂਰ ਸਾਹਿਬ ਬੋਰਡ ਦਾ ਲੰਗਰ ਆ, ਜਿੱਥੇ ਇਹ ਵੀ ਪਤਾ ਲੱਗਦਾ ਇੰਨੀਆਂ ਬੋਰੀਆਂ ਰੋਜ਼ ਦੀਆਂ ਆਟਾ ਲੱਗਾ, ਲਿਖਤ ਵਿੱਚ ਹੈ, ਲਿਖੇ ਵਿੱਚ ਹੈ, ਇੰਨੇ ਚੌਲ ਲੱਗੇ ਨੇ, ਇੰਨੀ ਚੀਨੀ ਲੱਗੀ ਆ, ਆਖੋ ਵਾਹਿਗੁਰੂ। ਇੰਨਾ ਜਮ੍ਹਾਂ ਹੋਇਆ ਅਤੇ ਇੰਨਾ ਵਿੱਚੋਂ ਕੱਟਿਆ ਹੈ, ਮਗਰ ਇਸ ਲੰਗਰ ਵਿੱਚ ਕੋਈ ਲੇਖਾ ਨਹੀਂ। ਕਿੰਨੀਆਂ ਬੋਰੀਆਂ ਲੱਗ ਗਈਆਂ, ਕਿੰਨਾ ਦੁੱਧ ਲੱਗ ਗਿਆ, ਕਿੰਨਾ ਦਹੀਂ ਲੱਗ ਗਿਆ, ਕਿੰਨੇ ਜਲੇਬ ਲੱਗ ਗਏ, ਕਿੰਨੀਆਂ ਮਠਿਆਈਆਂ ਲੱਗ ਗਈਆਂ। ਜਿੱਦਣ ਭਗਤੀ ਦਾ ਭੰਡਾਰਾ ਦਿੰਦਾ ਹੈ ਨਾ ਰੱਬ, ਫਿਰ ਲੇਖਾ ਮੂਲ ਨਾ ਲਿਆ। ਖੁੱਲ੍ਹ ਕੇ ਬੋਲੋ ਨਾ, ਸੁਸਤ ਹੋਵੇ ਉਹ, ਫਿਰ ਲੇਖਾ ਫਿਰ ਮੂਲੋਂ ਹੀ ਲੇਖਾ ਨਹੀਂ ਲਿਆ ਵੀ ਤੂੰ ਕਿੰਨਾ ਖਰਚ ਰਿਹਾ, ਖੀਸਾ ਮੇਰਾ ਅਤੇ ਹੱਥ ਤੇਰਾ। ਤੁਹਾਨੂੰ ਵੀ ਆਖੋ ਵਾਹਿਗੁਰੂ। ਤੁਹਾਨੂੰ ਵੀ ਜਿੱਦਣ ਤੁਸੀਂ ਨਾਮ ਜਪਣ ਲੱਗ ਪਏ, ਨਾਮ ਦਾ ਸਟੋਰ ਦਰਵਾਜ਼ਾ ਤੁਹਾਡਾ ਖੁੱਲ੍ਹ ਗਿਆ, ਤੁਸੀਂ ਜਿੰਨਾ ਮਰਜ਼ੀ ਦੁਨੀਆ ਨੂੰ ਜਪਾਇਓ, ਵਾਹਿਗੁਰੂ 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 ਵਾਹਿਗੁਰੂ। ਕਰ ਲਓ ਸਟੋਰ ਇਕੱਠਾ, ਗੁਰੂ ਦੀ ਜੇਬ ਚੋਂ ਕੱਢੋ ਜਿੰਨਾ ਮਰਜ਼ੀ। ਗੱਗੇ ਦੇ ਔਂਕੜ ਤੇ ਰਾਰੇ ਨੂੰ ਦੋ ਥੱਲੇ ਦਲੌਂਕੜ, ਗੁਰੂ 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 ਬੜੇ ਲੰਗਰ ਚੱਲੇ ਦੁਨੀਆ 'ਤੇ, ਖੁੱਲ੍ਹ ਕੇ ਬੋਲਿਆ ਕਰੋ, ਬੜੇ ਲੰਗਰ ਚੱਲੇ, ਬੜੇ ਬੜੇ ਮਹਾਤਮਾ ਦੇ ਨਾਮ ਨੇ ਮੇਰੇ ਸਿੱਖ ਪੰਥ ਦੇ ਇਤਿਹਾਸ ਵਿੱਚ। ਮਗਰ ਜਿਹੜੇ ਜਿਹੜੇ ਮਹਾਤਮਾ ਨੇ, ਕਿਸੇ ਦਾ ਨਾਮ ਈਸ਼ਰ ਸਿੰਘ ਆ,
ਉਹਦੇ ਘਰ 'ਚ ਜਿਹੜਾ ਲੰਗਰ ਚੱਲਦਾ ਹੈ, ਉਹਦੇ ਡੇਰੇ 'ਚ ਜਿਹੜਾ ਸੰਪਰਦਾ 'ਚ ਲੰਗਰ ਚੱਲਦਾ, ਉਹਦੇ 'ਤੇ ਲਿਖਿਆ ਗੁਰੂ ਕਾ ਲੰਗਰ। ਕੀ ਲਿਖਿਆ? ਗੁਰਦੁਆਰੇ 'ਚ ਵੀ ਜਿਹੜਾ ਲੰਗਰ ਹੈ ਗੁਰੂ ਦਾ ਲੰਗਰ। ਇੰਨਾ ਤੁੱਠਾ ਸੀ ਉੱਤੇ, ਇੰਨਾ ਤੁੱਠਾ ਸੀ ਬਾਬੇ ਨਿਧਾਨ ਸਿੰਘ 'ਤੇ, ਅੱਜ ਤੱਕ ਲੰਗਰ ਚੱਲਦਾ ਹੈ। ਉਹਨੇ ਲੇਖਾ ਨਹੀਂ ਪੁੱਛਿਆ ਵੀ ਤੂੰ ਆਪਣੇ ਨਾਮ ਦਾ ਲੰਗਰ ਕਿਉਂ ਚਲਾਇਆ। ਪਕੜ ਰਹੇ ਹੋ ਜੀ? ਕੀ ਕਿਹਾ? ਇਸ ਗੱਲ ਦਾ ਵੀ ਲੇਖਾ ਨਹੀਂ ਪੁੱਛਿਆ, ਹੋਰ ਕੋਈ ਲੰਗਰ ਆਪਣੇ ਨਾਮ ਦਾ ਚਲਾ ਲੈ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਉੱਥੇ ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਸਾਹਿਬ ਨੂੰ ਆਈਏ, ਅੰਮ੍ਰਿਤਸਰ ਦੇ ਵਿੱਚ ਇੱਕ ਜਗ੍ਹਾ ਹੈ ਅਤੇ ਉੱਥੇ ਇੱਕ ਮੰਦਰ ਆ ਮਜੀਠਾ ਰੋਡ 'ਤੇ। ਉਸ ਮੰਦਰ ਦਾ ਨਾਮ ਹੈ ਗੌਰੀ ਸ਼ੰਕਰ ਮੰਦਰ। ਆਖੋ ਵਾਹਿਗੁਰੂ, ਖੁੱਲ੍ਹ ਕੇ ਬੋਲੋ ਵਾਹਿਗੁਰੂ, 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 ਵਾਹਿਗੁਰੂ। ਉਹ ਜਿੱਥੇ ਮੰਦਰ ਬਣਿਆ ਤੁਹਾਡੇ ਪਿੰਡਾਂ ਵੱਲੋਂ ਅੰਮ੍ਰਿਤਸਰ ਨੂੰ ਆਈਏ ਅਤੇ ਜਿੱਥੇ ਮੰਦਰ ਬਣਿਆ ਉੱਥੇ ਸ਼ਿਵਜੀ ਦੀ ਫੋਟੋ ਲੱਗੀ ਮੰਦਰ ਦੇ ਉੱਤੇ, ਗੌਰੀ ਸ਼ੰਕਰ ਦੀ। ਅਗਲੇ ਪਾਸੇ ਉਹਨਾਂ ਨੇ ਲੰਗਰ ਬਣਾਇਆ ਮੰਦਰ ਦੇ ਅੱਗੇ, ਇੱਕ ਹਾਲ ਆ ਉਹਨੂੰ ਲੰਗਰ ਕਹਿੰਦੇ, ਮਗਰ ਉੱਥੇ ਗੌਰੀ ਸ਼ੰਕਰ ਦੀ ਫੋਟੋ ਨਹੀਂ ਗਈ। ਆਖੋ ਵਾਹਿਗੁਰੂ, ਗੌਰੀ ਸ਼ੰਕਰ ਦੀ ਫੋਟੋ ਨਹੀਂ ਉੱਥੇ ਆ ਗਈ। ਤੁਸੀਂ ਪੁੱਛੋ ਕਿਹਦੀ? ਉਸ ਲੰਗਰ ਦੇ ਉੱਤੇ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਲੱਗੀ। ਮੰਦਰ ਹੈ ਮਗਰ ਜਦੋਂ ਲੰਗਰ ਚਲਾਉਣ ਦੀ ਗੱਲ ਆਈ ਤਾਂ ਮੇਰਾ ਜਗਤ ਦਾ ਮਾਲਕ ਪੀਰ ਹਿਕਮਤ ਯਾਰ ਨੂੰ ਕਹਿੰਦਾ ਸੀ, ਆਖੋ ਵਾਹਿਗੁਰੂ, ਜਿਨ੍ਹਾਂ ਦਾ 550 ਸਾਲਾਂ ਮਨਾਉਣ ਲੱਗੀ ਨਾ ਕੌਮ, ਆਖੋ ਵਾਹਿਗੁਰੂ। ਹਿਕਮਤ ਯਾਰ ਪੀਰ ਨੂੰ ਕਹਿੰਦਾ ਸੀ, ਜਿਹੜੀ ਦੇਗ ਚਲਾਉਣੀ ਅਤੇ ਤੇਗ ਚਲਾਉਣੀ ਹੈ ਨਾ, ਇਹ ਕਿਸੇ ਦੇਵੀ ਦੇ ਵੱਸ ਦਾ ਰੋਗ ਨਹੀਂ, ਦੇਵਤੇ ਦੇ ਵੱਸ ਦਾ ਰੋਗ ਨਹੀਂ। ਧਿਆਨ ਦਿਓ, ਦੇਗ ਤੇਗ ਮਰਦਾਂ, ਬੋਲੋ, ਪਤਾ ਲੱਗਾ ਜੀ? ਦੇਗ ਚਲਾਉਣੀ ਅਤੇ ਤੇਗ ਚਲਾਉਣੀ ਇਹ ਕਿਹਨਾਂ ਦਾ ਕੰਮ ਆ? ਮਰਦਾਂ ਦਾ ਕੰਮ ਆ, ਮਰਦਾਂ ਦਾ। ਐਸੇ ਮਰਦ ਨੂੰ ਕੀ ਕਿਹਾ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਥੇ ਬਹਿ ਕੇ, ਲੰਗਰ ਚਲਾਓ ਲੰਗਰ। ਆਖੋ ਵਾਹਿਗੁਰੂ, ਮਹਾਰਾਜ ਮੇਰੇ ਕੋਲ ਪੈਸੇ ਹੈ ਨਹੀਂ, ਮੇਰੇ ਖੀਸੇ 'ਚੋਂ ਕੱਢ ਲਿਆ ਕਰ, ਖੀਸਾ ਮੇਰਾ ਅਤੇ ਹੱਥ ਤੇਰਾ, ਤੋਟ ਨਹੀਂ ਆਊਗੀ, ਖਾਵੇਂ ਖਰਚੇ ਰਲ ਮਿਲ ਤੋਟ ਨਾ ਆਵੇ। ਅਤੇ ਸੱਚੀ ਮੁੱਚੀ ਉਦੋਂ ਕਦੀ 2-4-5 ਕਿਲੋ ਨਾ ਬਣਾਇਆ ਹੋਊ, ਜਦੋਂ ਪਹਿਲੀ ਵਾਰ ਬਣਾਇਆ 2-4-5 ਕਿਲੋ 10 ਕਿਲੋ 20 ਕਿਲੋ ਦੇ ਨਾਲ ਲੰਗਰ ਚਲਾਇਆ ਹੋਊ। ਅਤੇ ਅੱਜ ਤੁਹਾਡੇ 'ਚੋਂ ਜਿਹੜੀਆਂ ਰੂਹਾਂ ਹਜ਼ੂਰ ਸਾਹਿਬ ਗਈਆਂ ਨੇ, ਐਡੇ ਐਡੇ ਬਰਾਂਡਿਆਂ ਦੇ ਬਰਾਂਡੇ ਚੌਲਾਂ ਨਾਲ ਭਰੇ ਨੇ, ਖੰਡਾਂ ਨਾਲ ਭਰੇ ਨੇ, ਦਾਲਾਂ ਨਾਲ ਭਰੇ ਨੇ, ਉਹ ਕਿੱਥੋਂ ਆਇਆ ਹੈ? ਜਦੋਂ ਦਿੰਦਾ ਹੈ ਫਿਰ ਕਮਾਲ ਦੀ ਕਹਾਣੀ, ਲੇਖਾ ਮੂਲ ਨਾ ਲਿਆ। ਇੱਕ ਤਾਂ ਹੁੰਦਾ ਵੀ ਇੱਕ ਵਾਰ ਨਹੀਂ, ਦੂਸਰੀ ਵਾਰ ਮੈਂ ਤੇਰੇ ਕੋਲੋਂ ਲੇਖਾ ਮੰਗਣਾ ਹੈ ਬਈ। ਇੰਨਾ ਸੇਵਕ ਨੂੰ ਨਵਾਜਿਆ, ਇੰਨਾ ਸੇਵਕ ਨੂੰ ਨਵਾਜਿਆ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰਨਾਮ। ਸਤਿਗੁਰ ਸਿੱਖ ਕਹੇ, ਗੁਰ ਕਾ ਸਿੱਖ,
ਸਤਿਗੁਰ ਸਿੱਖ ਕੋ ਅਤੇ ਨਾਮ ਧਨ ਜਿਹਦੇ ਪੱਲੇ ਆ ਨਾ ਉਹਨੂੰ ਕਦੀ ਤੋਟ ਨਹੀਂ ਆਉਂਦੀ। ਨੋਟ ਕਰਿਓ, ਪੈਸੇ ਵਾਲੇ ਨੂੰ ਕਦੀ ਤੋਟ ਆ ਸਕਦੀ, ਜਿਹਦੇ ਕੋਲ ਪੈਸੇ ਦਾ ਧਨ ਆ ਆਖੋ ਵਾਹਿਗੁਰੂ, ਉਹਨੂੰ ਕਦੀ ਤੋਟ ਆ ਸਕਦੀ? ਆ ਪਿੱਛੇ ਜੇ ਹਿੰਦੁਸਤਾਨ ਦੇ ਵਿੱਚ ਨੋਟ ਬੰਦ ਹੋ ਗਏ ਸੀ, ਪਤਾ ਜੇ ਨਹੀਂ ਬੋਲੋ ਕੀ ਕਹਿੰਦੇ ਸੀ ਉਹਨੂੰ? ਨੋਟਬੰਦੀ। ਨੋਟਬੰਦੀ ਹੋ ਗਈ, ਜਿਹੜੇ ਕੱਲ੍ਹ ਤੱਕ ਦੇ ਸ਼ਹਿਨਸ਼ਾਹ ਸੀ ਸੜਕਾਂ 'ਤੇ ਆਣ ਕੇ ਬਹਿ ਗਏ। ਮਗਰ ਜਿਹੜਾ ਕਿਸੇ ਨਾਮ ਜਪਣ ਵਾਲੀ ਰੂਹ ਦੇ ਕੋਲ ਪੱਲੇ, ਨਾਮ ਧਨ ਜਿਸ ਜਨ ਕੇ ਪੱਲੇ, ਬੋਲੋ ਪਕੜ ਲਓਗੇ, ਪਕੜ ਲਓਗੇ ਨਾ, ਪਕੜ ਕੇ ਬੋਲਿਓ, ਨਾਮ ਧਨ ਜਿਸ ਸੋਈ ਪੂਰਾ ਸ਼ਾਹ। ਕੀ ਅਰਥ ਬਣਿਆ? ਪੂਰਾ ਸ਼ਾਹ ਉਹ ਆ ਧਰਤੀ 'ਤੇ ਜਿਹਦੇ ਕੋਲ ਨਾਮ ਦਾ ਧਨ ਹੈ, ਅਤੇ ਜਿਹਦੇ ਕੋਲ ਨਾਮ ਦਾ ਧਨ ਹੈ, ਸਤਿਗੁਰੂ ਦਾ ਬਖਸ਼ਿਆ ਨਾਮ ਦਾ ਧਨ ਹੈ। ਬਹੁਤ ਸਾਰੇ ਮਹਾਤਮਾ ਗੁਰਮੁਖ ਪਿਆਰੇ ਇਸ ਤਰ੍ਹਾਂ ਵਚਨ ਕਰ ਦਿੰਦੇ ਹੁੰਦੇ ਆ ਵੀ ਲੰਗਰ ਬਣਾ ਕੇ ਉੱਤੇ ਕੱਪੜਾ ਪਾ ਦਿਓ, ਇਸ ਤਰ੍ਹਾਂ ਦੀ ਹੁੰਦੀ ਕਿ ਨਹੀਂ? ਸੁਣੀ ਨਾ ਆਪਾਂ ਕਹਾਣੀ, ਵੇਖੋ ਤੁਹਾਡੀ ਉਮਰ ਮੇਰੀ ਉਮਰ ਨੇ ਸੁਣੀਆਂ ਇਹ ਗੱਲਾਂ, ਬੋਲੋ ਬਜ਼ੁਰਗੋ ਗੁਰੂ ਕਿਸ ਕੋ ਵੀ ਲੰਗਰ ਬਣਾ ਕੇ ਉੱਤੋਂ ਕੱਪੜਾ ਨਾ ਚੁੱਕਿਓ ਅਤੇ ਵਰਤਾਈ ਚੱਲੋ। ਉਹਦੇ ਵਚਨ ਵਿੱਚ ਕੀ ਆ? ਜਿਹਨੇ ਇਹ ਗੱਲ ਕਹੀ ਵੀ ਕੱਪੜਾ ਨਾ ਚੁੱਕਿਓ ਅਤੇ ਵਰਤਾਈ ਚੱਲੋ, ਉਹਦੇ ਵਚਨ ਵਿੱਚ ਕਾਹਦਾ ਬਾਲਿਆ? ਨਾਮ ਦਾ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ, ਤਿੱਚਰ ਮੂਲ ਨਾ ਥੋੜ੍ਹੀ ਦਿਓ। ਜਿਹਨੂੰ ਜਿਹਨੂੰ ਆਉਂਦੀ ਖੁੱਲ੍ਹ ਕੇ ਇੱਕ ਵਾਰ ਬੋਲੋ, ਸਮਾਪਤ ਕਰੀਏ, ਤਿੱਚਰ ਜਿੱਚਰ ਜਿਹਦੇ 'ਤੇ ਕਿਰਪਾਲੂ ਹੋਇਆ, ਜਿਹਨੂੰ ਨਾਮ ਦਾ ਧਨ ਬਖਸ਼ਿਆ, ਤਿੱਚਰ ਮੂਲ ਨਾ ਥੁਣੀ ਦਿਓ, ਜਿੱਚਰ ਆਪ ਕਿਰਪਾਲ। ਮੇਰੀ ਉਹ ਧੀਓ, ਤੁਸੀਂ ਵੀ ਆਪਣੇ ਘਰ 'ਚ ਸ਼ਬਦ ਦਾ ਲੰਗਰ ਚਲਾ ਸਕਦੀਆਂ ਜੇ, ਤੁਹਾਡੇ ਘਰ 'ਚ ਸ਼ਬਦ ਦਾ ਲੰਗਰ ਚੱਲ ਸਕਦਾ ਹੈ ਜੇ ਤੁਸੀਂ ਆਟਾ ਗੁੰਨਣ ਲੱਗੀਆਂ ਵਾਹਿਗੁਰੂ ਜਪੋ ਦੇ। ਤੁਹਾਡੇ ਬੱਚਿਆਂ ਦੀ ਖੋਪਰੀ ਲੱਥ ਸਕਦੀ, ਕੇਸ ਨਹੀਂ ਕੱਟੇ ਜਾ ਸਕਦੇ ਜੇ ਤੁਸੀਂ ਵਾਹਿਗੁਰੂ ਕਹਿ ਕੇ ਲੰਗਰ ਬਣਾਓ ਤੇ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਅੱਗੇ ਪੜ੍ਹੋ ਇੰਨੀ ਹੌਲੀ ਸੁਣਾਵਾਂ ਕਿਸੇ ਬਾਬੇ ਆਦਮ ਦੀ ਕਹਾਣੀ, ਫਿਰ ਬੜੀ ਸੁਣੋਗੇ। ਇਤਨਾ ਹੀ, ਛੋਟੇ ਜਿਹੇ ਬੱਚੇ ਨੂੰ ਤਸਵੀਰ ਤੋਂ ਜ਼ਿਆਦਾ ਸਮਝ ਲੱਗਦੀ। ਜਦੋਂ ਤਸਵੀਰ ਬਣਾ ਕੇ ਕੋਈ ਸਾਹਮਣੇ ਰੱਖੀ ਹੈ ਨਾ, ਕੱਕਾ ਕਲਮ ਸਿਖਾਉਣਾ ਅਤੇ ਕੱਕਾ ਹੈ ਅਤੇ ਨਾਲ ਕੀ ਬਣਾਤੀ, ਕਿਉਂਕਿ ਉਹਨੇ ਅਜੇ ਕੀ ਵੇਖੀ ਆ? ਕਲਮੀ ਵੇਖੀ। ਕਲਮ ਨਾਲ ਲਿਖਣ ਦੀ ਕੋਈ ਸੋਝੀ ਨਹੀਂ, ਮਗਰ ਕਲਮ ਉਹਨੇ ਵੇਖੀ। ਦੱਦਾ ਦਵਾਤ, ਇੱਕ ਦਵਾਤ ਬਣਾ ਕੇ ਰੱਖਤੀ, ਆਖੋ ਵਾਹਿਗੁਰੂ। ਛੱਛਾ ਛਤੜੀ, ਛੱਛਾ ਛਤੜੀ ਬਣਾ ਕੇ ਸਾਹਮਣੇ ਰੱਖਤੀ, ਉਹਨੂੰ ਛੇਤੀ ਨਾਲ ਛੱਛਾ ਚੇਤੇ ਆ ਗਿਆ। ਕਲਮ ਵੇਖੀ, ਕੱਕਾ ਚੇਤੇ। ਮੇਰੀ ਕੌਮ ਦੀ ਵੀ ਅੱਜ ਇੱਥੇ ਆਣ ਕੇ ਕਹਾਣੀ ਆ ਗਈ, ਜਿਹਨੂੰ ਜਦੋਂ ਕਿਸੇ ਬਾਬੇ ਦੀ ਕਿਸੇ ਬੰਦੇ ਦੀ ਗੱਲ ਸੁਣਾਓਗੇ ਇਹਨਾਂ ਨੂੰ ਮਿੰਟ 'ਚ ਸਮਝ ਲੱਗੂਗੀ, ਮਗਰ ਇਹ ਨਿਰਗੁਣ ਕਥਾ ਨਹੀਂ ਸੁਣ ਸਕਦੇ। ਜਿਸ ਕਥਾ ਦਾ ਕੋਈ ਸਰੂਪ ਨਹੀਂ ਦਿਸਦਾ ਉਹਨੂੰ ਨਹੀਂ ਸੁਣਦੇ, ਸੁਸਤ ਪੈ ਜਾਂਦੇ। ਪਕੜੀ ਗੱਲ ਕਿ ਨਹੀਂ? ਤੈਨੇ ਨਿਰਗੁਣ ਕਥਾ ਕਾਹਿਸਿਓ ਕਹੀਏ। ਬਾਬਾ ਕਬੀਰ ਕਹਿੰਦਾ ਸੀ, ਜਿਹੜੀ ਤੇਰੀ ਨਾ ਨਜ਼ਰ ਆਉਣ ਵਾਲੀ ਕਥਾ ਮੈਂ ਸੁਣਾਵਾਂ ਕਿਹਨੂੰ, ਕਿਹਨੂੰ ਸੁਣਾਵਾਂ, ਕੌਣ ਸੁਣੇ? ਇਹ ਤਾਂ ਸਾਰੇ ਸਟੋਰੀਆਂ ਸੁਣਨ ਗਿੱਜੇ ਨੇ। ਬੱਚੇ ਵਾਂਗੂ ਅਜੇ ਤਸਵੀਰ ਤੋਂ ਉੱਤੇ ਨਹੀਂ ਉੱਠਿਆ, ਨਹੀਂ ਪਤਾ ਲੱਗਾ
ਬੱਚੇ ਵਾਂਗੂ ਅਜੇ ਇਹ ਬੰਦਾ ਮੇਰਾ ਪੰਥ ਆ ਜਿਹੜਾ ਗੁਰੂ ਨਾਨਕ ਦਾ ਸਾਜਿਆ ਨਿਵਾਜਿਆ ਪੰਥ ਆ ਇਹ ਅਜੇ ਤਸਵੀਰ ਦੇ ਉੱਤੇ ਬੈਠਾ ਹੈ ਵੀ ਜੋ ਦੇਖ ਰਿਹਾ ਹੈ ਆਖੋ ਵਾਹਿਗੁਰੂ ਅਤੇ ਨਜ਼ਰੀ ਆਉਂਦੀ ਹਰ ਚੀਜ਼ ਵਿਨਾਸ਼ਵਾਨ ਹੁੰਦੀ ਜਿਹੜੀ ਨਜ਼ਰ 'ਚ ਆਉਂਦੀ ਆ ਨਾ ਜਿਹੜੀ ਚੀਜ਼ ਦਿਸਦੀ ਆ ਉਹ ਵਿਨਾਸ਼ਕਾਰੀ ਆ ਨਜ਼ਰੀ ਆਵੇ ਤੇ ਸਿਓ ਮੋਹ ਜਿਹੜੀਆਂ ਨਜ਼ਰੀ ਚੀਜ਼ ਆਉਣ ਵਾਲਾ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਦ੍ਰਿਸ਼ਟਮਾਨ ਹੈ ਇਹਦਾ ਅਰਥ ਕੀ ਕਰੋਗੇ ਖਤਮ ਹੋਣ ਵਾਲਾ ਹੈ ਬੰਦੇ ਚਸ਼ਮ ਦੀਦੰ ਫਨਾਏ ਬੰਦਿਆ ਜਿਹੜਾ ਚਸ਼ਮ ਦੀਦਿਆਂ ਨਾਲ ਦਿਸਦੀ ਚੀਜ਼ ਹੈ ਉਹ ਫਨਾਹ ਹੋ ਜਾਣੀ ਉਹਦੀ ਕਹਾਣੀ ਕਿਉਂ ਸੁਣਦਾ ਜਿਹੜੀ ਫਨਾਹ ਹੋ ਜਾਣੀ ਤੂੰ ਉਹਦੀ ਕਹਾਣੀ ਸੁਣ ਜਿਹੜੀ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਮਗਰ ਉਹਦੀ ਤਿਆਰੀ ਨਹੀਂ ਕਰਵਾਈ ਗਈ ਇਸ ਕਲਾਸ ਵਿੱਚ ਪਾ ਕੇ ਉਹਦੀ ਤਿਆਰੀ ਨਹੀਂ ਕਰਵਾਈ ਗਈ ਇਹਨਾਂ ਨੂੰ ਕਹਾਣੀਆਂ ਬੰਦਿਆਂ ਦੀਆਂ ਸੁਣਾਈਆਂ ਗਈਆਂ ਗੁਰੂ ਕਿਰਪਾ ਕਰੇ ਮੈਂ ਮੁੜਾ ਵਾਂ ਸਮਾਂ ਹੋ ਗਿਆ ਆਖੋ ਵਾਹਿਗੁਰੂ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਉਹ ਜਿਹੜਾ ਅਖੁੱਟ ਖਜ਼ਾਨਾ ਦਿੱਤਾ ਸੀ ਬਾਬੇ ਨਾਨਕ ਨੂੰ ਫਿਰ ਇਹ ਨਹੀਂ ਪੁੱਛਿਆ ਤੂੰ ਸਦਨੇ ਨੂੰ ਤੂੰ ਭੂਮੀਏ ਨੂੰ ਇਹਨਾਂ ਸਾਰਿਆਂ ਨੂੰ ਕਿਉਂ ਵੰਡਿਆ ਪੁੱਛਿਆ ਨਹੀਂ ਫਿਰ ਪਕੜ ਰਹੋ ਜੀ ਤੂੰ ਚੋਰਾਂ ਨੂੰ ਵੀ ਵੰਡਤਾ ਜਾ ਕੇ ਆਖੋ ਵਾਹਿਗੁਰੂ ਹੁਣ ਤੁਸੀਂ ਕੋਈ ਕਿਸੇ ਨੂੰ ਪੈਸੇ ਦਿਓ ਚਾਰ ਅਤੇ ਉਹ ਚੋਰਾਂ ਨੂੰ ਦੇ ਦੇ ਸਮਾਜ ਨੂੰ ਪਤਾ ਹੋਵੇ ਵੀ ਇਹ ਬੰਦਾ ਚੋਰ ਆ ਅਤੇ ਮੈਂ ਆਪਣੀ ਜੇਬ 'ਚੋਂ ਕੱਢ ਕੇ ਤੁਹਾਡੇ ਦਿੱਤੇ ਪੈਸੇ ਕਿਸੇ ਚੋਰ ਨੂੰ ਦੇਵਾਂ ਅਤੇ ਤੁਸੀਂ ਦੇਣ ਵਾਲੇ ਕਹੋਗੇ ਨਾ ਵੀ ਇਹ ਚੀਜ਼ ਤਾਂ ਮੈਂ ਤੈਨੂੰ ਦਿੱਤੀ ਸੀ ਸੰਤਾਂ ਮਹਾਤਮਾ ਚੰਗਿਆਂ ਗੁਰਮੁਖਾਂ ਨੂੰ ਵੰਡਣ ਨੂੰ ਤੂੰ ਚੋਰਾਂ ਨੂੰ ਵੰਡਣੀ ਸ਼ੁਰੂ ਕਰਤੀ ਉਹ ਜਿਹੜਾ ਕੱਲ੍ਹ ਤੱਕ ਦਾ ਸੱਜਣ ਠੱਗ ਬੰਦੇ ਮਾਰ ਮਾਰ ਕੇ ਧਰਤੀ 'ਚ ਦੱਬਦਾ ਸੀ ਤੂੰ ਉਹਨੂੰ ਵੀ ਵਾਹਿਗੁਰੂ ਨਾਮ ਦੇ ਦਿੱਤਾ ਮਗਰ ਫਿਰ ਲੇਖਾ ਨਹੀਂ ਮੰਗਿਆ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਮੂਲ ਨਾ ਲਿਆ ਲੇਖਾ ਨਹੀਂ ਲੈਂਦਾ ਐਸੇ ਮਹਾਂਪੁਰਸ਼ਾਂ ਦਾ ਐਸੇ ਗੁਰਮੁਖਾਂ ਦਾ ਦਿਨ ਮਨਾਉਣ ਲਈ ਤੁਸੀਂ ਤਿੰਨ ਦਿਨ ਚੌਂਕੀਦਾਰ ਦੀ ਡਿਊਟੀ ਲਾਈ ਆ ਆਖੋ ਵਾਹਿਗੁਰੂ ਕੀਰਤਨੀਆਂ ਨੇ ਕੀਰਤਨ ਕਰਨਾ ਹੈ ਤੁਹਾਡੇ ਚੌਂਕੀਦਾਰ ਨੇ ਕੱਲ੍ਹ ਰਾਤ ਦੀ ਕਥਾ ਵਿੱਚ ਵੀ ਬਾਬਾ ਨਦਾਨ ਸਿੰਘ ਸਾਹਿਬ ਦੇ ਜੀਵਨ 'ਤੇ ਕਥਾ ਕਰਨੀ ਸ਼ਬਦ ਦੀ ਕਥਾ ਕਰਨੀ ਅਤੇ ਪਰਸੋਂ ਦੇ ਦੀਵਾਨ ਵਿੱਚ ਵੀ ਆਪਾਂ ਇਹੋ ਹੀ ਸਬਜੈਕਟ ਲੈ ਕੇ ਸਤਿਗੁਰੂ ਦੇ ਚਰਨਾਂ ਨਾਲ ਆਪ ਜੀ ਵੀ ਜੁੜਿਓ ਮੈਨੂੰ ਵੀ ਸੀਸ ਦਿਓ ਬਾਬਾ ਜੈ ਕਰ ਕਰਤੇ ਸੋ ਕਰ ਰਾਗ ਅਰਦਾਸ ਕਰੋ ਆ ਮੇਰਾ ਘਰ ਹਾਜ਼ਰ ਰਿਹੋ ਇਹ ਮੇਰਾ ਘਰ ਕਰਤੇ ਦੀ ਕੀਰਤੀ ਵਾਲਾ ਘਰ ਬਣ ਜਾਏ ਕਰਤੇ ਦੀ ਪਤਾ ਲੱਗ ਗਿਆ ਜੀ ਉਹ ਘਰ ਦੀ ਨਹੀਂ ਮੈਂ ਗੱਲ ਕਰ ਰਿਹਾ ਆਹ ਮੇਰਾ ਸਰੀਰ ਵੀ ਇੱਕ ਘਰ ਹੈ ਅਤੇ ਇਹਦੇ ਵਿੱਚ ਵੀ ਚੁਗਲੀ ਨਾ ਹੋਵੇ ਨਿੰਦਾ ਨਾ ਹੋਵੇ ਦਵੈਤ ਨਾ ਹੋਵੇ ਈਰਖਾ ਨਾ ਹੋਵੇ ਕੀ ਹੋਵੇ ਕਰਤੇ ਦੀ ਕੀਰਤੀ ਹੋਵੇ 24 ਘੰਟੇ ਵਾਹਿਗੁਰੂ ਦਾ ਨਾਮ ਚੱਲੇ ਵਾਹਿਗੁਰੂ ਦੀ ਬੰਦਗੀ ਚੱਲੇ ਜਿਹੜੇ ਘਰ 'ਚ ਚੱਲ ਗਈ ਸੋ ਘਰ ਰਾਖ ਫਿਰ ਬੋਲੋ ਉਹ ਘਰ ਵਡਿਆਈਆਂ ਵਾਲਾ ਬਣ ਜਾਂਦਾ ਜੀ ਕੋਈ ਬਾਬੇ ਨਾਨਕ ਦੇ ਘਰ ਆਖੋ ਵਾਹਿਗੁਰੂ ਹੋਰ ਦੁਨੀਆਂ ਦਾ ਕੋਈ ਜਗ੍ਹਾ ਹੋਵੇ ਕਿਸੇ ਅਮੀਰ ਤੋਂ ਅਮੀਰ ਦਾ ਘਰ ਹੋਵੇ ਕੋਈ ਉਹਦੇ ਦਰਵਾਜ਼ੇ 'ਤੇ ਜਾ ਕੇ ਇਤਰਾਂ ਚੁੱਕ ਕੇ ਮਸਤਕ ਨੂੰ ਨਹੀਂ ਲਾਉਂਦਾ ਕਿ ਲਾਉਂਦਾ ਬੋਲੋ ਅਮੀਰ ਤੋਂ ਅਮੀਰ ਬਾਦਸ਼ਾਹ ਤੋਂ ਬਾਦਸ਼ਾਹ ਟਰੰਪ ਆ ਤੁਹਾਡੇ ਦੇਸ਼ ਦਾ ਬਾਦਸ਼ਾਹ
ਇਹਦੇ ਘਰ 'ਤੇ ਜਾ ਕੇ ਬੂਹੇ ਅੱਗੇ ਵੀ ਕਿਸੇ ਦਾ ਅੰਦਰਾਂ ਜੀ ਨਹੀਂ ਕਰਦਾ ਵੀ ਇੱਥੋਂ ਚੁੱਕ ਕੇ ਚਰਨ ਧੂੜ ਲੈ ਲਈਏ। ਆਹ ਸੋ ਘਰ ਰਾਖ, ਇਹ ਉਹ ਵੱਡਾ ਘਰ ਹੈ ਜਿਹਦੀ ਵੱਡੀ ਵਡਿਆਈ ਹੈ। ਅਮੀਰ ਤੋਂ ਅਮੀਰ ਆਇਆ, ਬਾਦਸ਼ਾਹ ਤੋਂ ਬਾਦਸ਼ਾਹ ਵੀ ਆਇਆ ਵੇ, ਅਤੇ ਉਹਨੇ ਵੀ ਸਿਰ ਨਵਾ ਕੇ ਇੱਥੋਂ ਚਰਨ ਧੂੜ ਚੁੱਕ ਕੇ ਮਸਤਕ ਨੂੰ ਲਾਈ। ਸੋ ਘਰ ਰਾਖ ਵਡਾਈ ਤੋਂ ਹੈ। ਫੁੱਲਾਂ ਨਾਚ ਤਾਰਨੀਆਂ, ਅਸੀਸ ਬਖਸ਼ੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਿਹਨਾਂ ਜਿਹਨਾਂ ਨੇ ਨਹੀਂ ਛਕਿਆ, ਅੰਮ੍ਰਿਤ ਦੀ ਦਾਤ ਜ਼ਰੂਰ ਲਓ। ਜੋ ਮੱਕਿਆ ਸੀ ਇੱਕ ਬੂੰਦ ਸਾਰੇ ਦੁੱਧ ਨੂੰ ਜੰਮਣ 'ਤੇ ਮਜਬੂਰ ਕਰ ਦਿੰਦੀ, ਫਿਰ ਉਹਦੇ 'ਚੋਂ ਮੱਖਣ ਨਿਕਲਦਾ ਹੈ, ਫਿਰ ਉਹਦੇ 'ਚੋਂ ਘਿਓ ਨਿਕਲਦਾ ਹੈ, ਫਿਰ ਉਹਦਾ ਕੜਾਹ ਪ੍ਰਸਾਦ ਬਣਦਾ ਹੈ। ਜ਼ਿੰਦਗੀ 'ਚ ਵੀ ਪ੍ਰਸਾਦ ਉਦਣ ਆਉਂਦਾ ਜਿੱਦਣ ਅੰਮ੍ਰਿਤ ਦੀ ਦਾਤ ਲਈਏ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਵੈਰ ਵਿਰੋਧ ਤੋਂ ਉੱਤੇ ਉੱਠ ਕੇ ਸਰਬੱਤ ਦਾ ਭਲਾ ਮੰਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।